ਰੌਲਾ ਪਾਇਆ ਘਰ ਜਾਂਦੇ ਆ ਤੁਸੀਂ ਤੈਨੂੰ ਨਹੀਂ ਪਤਾ ਕਾਹਦਾ ਰੌਲਾ ਪਾਇਆ ਕਿਸੇ ਦੇ ਘਰ ਆ ਕੇ ਤਮੀਜ਼ ਨਾ ਬੋਲੀ ਤਾਂ ਤੁਸੀਂ ਘਰ ਦੇ ਅੰਦਰ ਵੀ ਆ ਗਏ ਮੂੰਹ ਚੁੱਕੇ ਤੇ ਆ ਕੇ ਆਰਾਮ ਨਾਲ ਬੋਲੋ ਰੌਲਾ ਪਾਤਾ ਸਭ ਸੁੱਤੇ ਦੇ ਅੰਦਰ ਤਮੀਜ਼ ਨਾਲ ਕੀ ਪੈਂਟ ਕੋਟ ਪਾ ਕੇ ਆਈਏ ਭਾਜੀ ਗੱਲ ਹੋਈ ਪਾ ਕੇ ਉਹ ਸਾਡਾ ਘਰ ਹੈ ਕਿ ਦਫ਼ਤਰ ਹੈ ਪੈਂਟ ਕੋਟ ਪਾ ਕੇ ਆਉਣਾ ਤੇ ਉਸ ਘਰ ਦੇ ਵਿੱਚ ਜਾ ਕੇ ਮਰਦ ਭੇਜ ਜਾ ਜਾ ਕੇ ਮਰਦ ਭੇਜ ਮਰਦੀਆਂ ਮੌਤ ਦੇ ਖੂਦੇ ਵੇਖ ਲੈ ਮੈਨੂੰ ਉਹ ਜਾਣਾ ਜਾ ਸ਼ੁਕਰ ਕਰੋ ਅੱਧੀ ਰਾਤ ਨੂੰ ਵਜਾਣ ਡੇ ਦੁਪਹਿਰੀ ਵਜਾ ਕੇ ਨੀ ਧੜਕ ਤੁਹਾਨੂੰ ਸਰੀਰ ਕਰਨ ਡੇ ਉਹਨੂੰ ਮਨਾ ਕਰੋ ਜਵਾਨ ਬੀਵੀ ਹੈ ਤੇਰੀ ਵੀ ਤੇ ਇਹਦੀ ਵੀ ਓ ਯਾਰ ਗੱਲ ਸੁਣੋ ਬਾਬਾ ਜੀ ਤੁਸੀਂ 24 ਘੰਟੇ ਇਸ ਘਰ 'ਚ ਲਾਂਭੇ ਲੈ ਕੇ ਆਉਂਦੇ ਹੋ ਪੂਰੇ ਮੁਹੱਲੇ 'ਚ ਮਸ਼ਹੂਰ ਹੋ ਕੇ ਤੁਸੀਂ ਹਰ ਬੰਦੇ ਨਾਲ ਤੁਹਾਡਾ ਹਰ ਬੰਦੇ ਨਾਲ ਤੁਹਾਡਾ ਕੋਈ ਨਾ ਕੋਈ ਵੈਰ ਰਹਿੰਦਾ ਪਤਾ ਨਹੀਂ ਕੀ ਗੱਲ ਹੈ ਕੋਈ ਗੱਲ ਨਹੀਂ ਕੋਈ ਬੇਟਾ ਕੋਈ ਗੱਲ ਨਹੀਂ ਲੈ ਕੇ ਸਮਝਾਓ ਨਾ ਚਾਚਾ ਜੀ ਯਾਰ ਕੋਈ ਸਮਝਾ ਮੈਨੂੰ ਸਮਝਾ ਉੱਧਰ ਹੋ ਕੇ ਸਮਝਾ ਤੂੰ ਮੈਨੂੰ ਸਮਝਾਉਣ ਡਿਆ ਬਜ਼ੁਰਗਾ ਕੀ ਹੋ ਗਿਆ ਤੁਹਾਨੂੰ ਜੋ ਜਾਣਦਾ ਯਾਰ ਇੱਕ ਬੰਦ ਆਦਮੀ ਹੈ ਗੱਡੀ ਵੱਜ ਗਈ ਬੀਵੀ ਦੀ ਯਾਦਾਂ ਚਲੀ ਗਈ ਐਕਸੀਡੈਂਟ ਦੇ ਵਿੱਚ ਹੁਣ ਉਹ ਪਰੇਸ਼ਾਨ ਇਸ ਘਰ ਚ ਪਹਿਲੇ ਪਰੇਸ਼ਾਨੀ ਨੇ ਘੇੜਿਆ ਇੱਕ ਤੁਸੀਂ ਵੀ ਆ ਕੇ ਲਾਹਮੇ ਤੇ ਪਰੇਸ਼ਾਨੀਆਂ ਵਧਾਉਣ ਡੇ ਉਹ ਪਰੇਸ਼ਾਨ ਸਾਨੂੰ ਮਹੱਲੇਦਾਰਾਂ ਦੇ ਨਾਲ ਪਰੇਸ਼ਾਨ ਕਰੇ ਉਹ ਮਹੱਲੇਦਾਰ ਇਸ ਕਰਕੇ ਕਰਦਾ ਕਿ ਤੁਹਾਡੀ ਬੀਵੀ ਉਹਦੀ ਬੀਵੀ ਨੂੰ ਆ ਕੇ ਸਮਝਾਵੇ ਬੇਵਕੂਫ ਆਦਮੀ ਸਰਦਾਰ ਮੱਛੀ ਵਾਲੇ ਨੇ 15 ਕਿਲੋ ਮੱਛੀ ਕੜਾਈ ਚ ਤਲਣ ਵਾਸਤੇ ਸੁੱਟੀ ਇਹ ਸਾਲਾ ਉਹਦੇ ਚ ਕੁੰਡੀ ਸੁੱਟ ਕੇ ਖਲੋ ਗਿਆ ਰਕਸ਼ਾ ਕਹਿੰਦਾ ਸਮਨਾ ਬਾਅਦ ਜਾਣਾ ਕੀ ਲਏਗਾ ਉਹਨੇ ਇਹਦਾ ਮੂੰਹ ਵੇਖ ਕੇ ਕਹਿੰਦਾ ਮੈਂ ਭਾਈ ਕਿਰਾਏ ਲਾਂਗਾ ਉਸੇ ਰਕਸ਼ੇ 'ਚ ਖੋਤਾ ਵੱਜਾ ਖੋਤਾ ਰਕਸ਼ੇ 'ਚ ਵੱਜ ਕੇ ਘੁੰਮੀ ਜਾਏ ਇਹ ਖੋਤੇ ਦਾ ਕੰਨ ਫੜ ਕੇ ਉਹਨੂੰ ਕਹਿਣ ਡਿਆ ਉਹ ਤੈਨੂੰ ਫੁੱਫੀ ਦਾ ਰਿਸ਼ਤਾ ਕੀ ਦੇਤਾ ਤੇਰੇ ਨਸ਼ੇ ਨੀ ਲਥੰਡੇ ਡਾਕਟਰ ਨੂੰ ਜਾ ਕਹਿੰਦਾ ਡਾਕਟਰ ਸਾਹਿਬ ਮੇਰੀ ਬੀਵੀ ਠੀਕ ਨਹੀਂ ਉਹ ਕਹਿੰਦਾ ਉਹ ਤਾਂ ਵਿਆਹ ਤੋਂ ਪਹਿਲੇ ਨਹੀਂ ਸੀ ਠੀਕ ਇਹਨੂੰ ਨੇਛ ਆਈ ਅੱਛ ਇਹਦੀ ਸਲਵਾਰ ਡਿੱਗ ਪਈ ਸਲਵਾਰ ਨਹੀਂ ਚੁੱਕੀ ਉੱਤੇ ਮੂੰਹ ਕਰਕੇ ਕਹਿਣ ਡਿਆ ਵਾਹ ਯਾਦ ਕਰਨ ਵਾਲੇ ਅੱਜ ਤਾਂ ਖੀਰ ਹੀ ਜੀਤੀ ਡਾਕਟਰ ਨੂੰ ਜਾ ਕਹਿੰਦਾ ਡਾਕਟਰ ਸਾਹਿਬ ਮੈਂ ECG ਕਰਾਉਣੀ ਹੈ ਉਹ ਕਹਿੰਦਾ ਅੰਦਰ ਜਾ ਕੇ ਕੱਪੜਾ ਲਾ ਤਾਂ ਡਰ ਗਿਆ ਕਹਿੰਦਾ ਡਾਕਟਰ ਸਾਹਿਬ ਪਹਿਲੇ ECG ਨਾ ਕਰ ਲਈਏ ਇੱਟ ਲੈ ਕੇ ਤੇ ਲਾਰੀ ਅੱਡੇ ਫਿਰਨ ਡਿਆ ਇੱਕ ਬੰਦੇ ਨੇ ਕਿਹਾ ਇੱਟ ਚੁੱਕੀ ਖੈਰ ਹੈ ਕਹਿੰਦਾ ਮਕਾਨ ਵਿੱਚ ਨਾ ਸੈਂਪਲ ਲੈ ਕੇ ਫਿਰ ਰਹੇ ਕਬਰਸਤਾਨ ਦੇ ਬਾਹਰ ਗੱਡੀ ਖਲੋਤੀ ਤੈਨੂੰ ਚਾਬੀ ਪਿਆ ਲਾਵੇ ਉੱਤੋਂ ਮਾਲਕ ਆ ਗਿਆ ਕਹਿੰਦਾ ਕੀ ਕਰਨ ਡਿਆ ਕਹਿੰਦਾ ਮੈਂ ਸਮਝਿਆ ਤੁਸੀਂ ਹਲੇ ਮਰ ਗਏ ਹੋ ਉਸੇ ਕਬਰਸਤਾਨ ਚ ਬਹਿ ਕੇ ਚਰਸਾਲਾ ਸਿਗਰਟ ਬਣਾਉਣ ਡਿਆ ਉੱਤੋਂ ਪੁਲਿਸ ਆ ਗਈ ਸਿਗਰਟ ਸੁੱਟ ਕੇ ਇੰਜ ਕਰ ਲਿਆ ਪੁਲਿਸ ਵਾਲੇ ਕਿਹਾ ਕੀ ਕਰ ਰਹੇ ਹੋ ਕਹਿੰਦਾ ਭਾਜੀ ਬੁਢੇਪੇ ਦੀ ਕਬਰ ਤੇ ਦੁਆ ਕਰ ਰਿਹਾ ਪੁਲਿਸ ਵਾਲੇ ਕਿਹਾ ਤੇ ਬੱਚੇ ਦੀ ਕਬਰ ਹੈ ਕਹਿੰਦਾ ਮੇਰਾ ਪਿਓ ਬਚਪਨ 'ਚ ਮਰ ਗਿਆ ਸੀ ਆ ਜਾ ਐ ਜ਼ਮਾਨੁੱਲਾ ਸਾਹਿਬ ਏਡੇ ਲਾਮੇ ਲੈ ਕੇ ਸਰ ਆ ਰੂ ਲਾਮਾ ਲੈ ਕੇ ਇੱਥੇ ਸਾਹਿਬ ਜੀ ਇਸ ਘਰ ਦਾ ਰੌਲਾ ਕਦੋਂ ਮੁੱਕੇਗਾ ਇਸ ਘਰ ਦੇ ਵਿੱਚੋਂ ਰੌਲਾ ਕਦੋਂ ਮੁੱਕੇਗਾ ਔਰ ਲੈਟਰੀਨ ਗਿਆ ਕਰ ਡੇਢੀ ਵਧਾਈ ਜਾਂਦਾ ਲੈਟਰੀਨ ਵੀ ਗਿਆ ਕਰ ਇੱਥੇ ਫਿਰੀ ਜਾਂਦਾ ਇੰਝ ਖਲੋਤਾ ਰਸਤਾ ਹੀ ਕੋਈ ਨੀ ਲੰਘਣ ਦਾ ਕਦੋਂ ਰੌਲਾ ਪਾਇਆ ਤੂੰ ਰੌਲਾ ਮੈਂ ਨਹੀਂ ਪਾਇਆ ਸਾਹਿਬ ਜੀ ਪੂਰਾ ਮੱਲਾ ਰੌਲਾ ਪਾਉਣ ਡਿਆ ਮੱਲਾ ਨੂੰ ਕੀ ਟੈਨਸ਼ਨ ਦੇ ਕਿਉਂ ਰੌਲਾ ਪਾਵੇ ਕੀ ਹੋਇਆ ਕੀ ਹੈ ਇਸ ਮੱਲੇ ਚੋਂ ਰਹਿਣ ਜੋਗੇ ਨਹੀਂ ਰਹਿ ਗਏ ਅਸੀਂ ਕੀ ਵਜ੍ਹਾ ਕੀ ਬਣੀ ਬੇਟਾ ਮੈਨੂੰ ਬਿਆਨ ਕਰ ਗੱਲਾਂ ਬਾਤਾਂ ਕਰ ਮੇਰੇ ਨਾਲ ਤੁਹਾਡਾ ਦੇਵ ਦਾਸ ਜਿਹੜਾ ਓ ਮੇਰਾ ਪੁੱਤਰ ਮੈਂ ਮਿਹਨਤਾਂ ਦੇ ਨਾਲ ਮਟੀਰੀਅਲ ਇਕੱਠਾ ਕਰਕੇ ਪੈਦਾ ਕੀਤਾ ਹੈ ਉਹਨੂੰ ਕੀ ਹੈ ਪੈਦਾ ਤੇ ਕਰਨਾ ਸਮਝਾਓ ਸ਼ਰਾਬਾਂ ਪੀ ਕੇ ਅੱਧੀ ਦਿਨਾਂ ਨੂੰ ਲੋਕਾਂ ਦੀ ਬੇਲਾ ਦੇਖ ਕੇ ਉਹਨਾਂ ਕਹਿੰਦੇ ਆਪਣੀ ਬੀਵੀ ਮੇਰੇ ਘਰ ਭੇਜੋ ਮੇਰੀ ਬੀਵੀ ਨੂੰ ਸਮਝਾਵੇ ਓਏ ਉਹਦਾ ਦਿਮਾਗ ਫਟ ਗਿਆ ਉਹਦਾ ਦਿਮਾਗ ਸਹੀ ਨਹੀਂ ਹੈ ਉਹਨੂੰ ਮੈਂ ਸਮਝਾਵਾਂ ਕਿ ਮੈਂ ਆਪਣੀ ਟੈਨਸ਼ਨ ਵੇਖਾਂ ਆਪਣੀ ਟੈਨਸ਼ਨ ਵੇਖ ਹਰ ਜਵਾਨੀ 'ਚ ਮੇਰੀ ਬੀਵੀ ਮਰ ਗਈ ਮੇਰੇ ਟੇਸਟ ਹੀ ਬੰਦ ਹੋ ਗਏ ਨੇ ਸਾਰੇ ਤੇਰੀ ਮਿਹਰਬਾਨੀ ਰੋਟੀ ਪਾਣੀ ਚਾਹ ਮੈਨੂੰ ਦਿੰਦੇ ਰਹਿੰਦੇ ਮੇਰੀ ਜ਼ਿੰਦਗੀ ਰਵਾਂ ਦੁਆ ਆਇਆ ਉਹਨੇ ਮਰਨਾ ਹੀ ਸੀ ਕੈਸਾ ਆਰੂ ਕਹਿ ਬੰਦਾ ਮਿਲਿਆ ਸੀ ਉਹਨੂੰ
ਮਾਸ਼ਾਅੱਲਾ ਤੇਰੇ ਤਾਂ ਈਦ ਕਾਰਡ ਛਾਪ ਰਹੇ ਨੇ ਨਾ ਹੈ ਇਹਨੇ ਈਦ ਕਾਰਡ ਛਾਪ ਰਹੇ ਨੇ ਉਲਾਜ ਆਉਂਦਾ ਉਲਾਜ ਨੂੰ ਸਮਝਾਈਦਾ ਵੀ ਹੈ ਮਹੱਲੇਦਾਰ ਨੇ ਉਹ ਆਪਣੀ ਬੀਵੀ ਨੇ 100 ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਬਾਹਰੋਂ ਬੈਲ ਦੇ ਕੇ ਦੌੜ ਲਾ ਜਾਂਦਾ ਉਹ ਬਹੁਤ ਅੱਛਾ ਤੇ ਬੈਲ ਲਾ ਲੈਣ ਲਾਉਂਦੇ ਕਿਉਂ ਜਦੋਂ ਪਤਾ ਉਹਨਾਂ ਨੂੰ ਬੀਵੀ ਨਾਲ ਗੱਲਾਂ ਕਰਨੀਆਂ ਤਾਂ ਬੈਲ ਤੇ ਹੋਣੀ ਨਹੀਂ ਚਾਹੀਦੀ ਫਿਰ ਬੈਲ ਤੇ ਹੋਣੀ ਮਾਸ਼ਾਅੱਲਾ ਤੁਸੀਂ ਵੀ ਆਪਣਾ ਇਲਾਜ ਕਰਾਓ ਕੀ ਹੈ ਆ ਹੈ ਕੀ ਇਹ ਸੁਣਿਆ ਗੈਸ ਤੇ ਪਿੱਛੇ ਚੁੱਲ੍ਹਾ ਲਾ ਕੇ ਫੁੱਲੇ ਵਿੱਚ ਹੋ ਅੱਗੇ ਤੈਨੂੰ ਪਕੌੜੇ ਨਾ ਤਲ ਕੇ ਖਵਾਵਾਂ ਕੀ ਗੈਰਤ ਮੈਨੂੰ ਕਿ ਸੀ ਗੈਰਤ ਬਲਕਿ ਟੀ ਗੈਰਤ ਬਲਕਿ ਸਾਰੀ ਐ ਵੀ ਸੀ ਤੇਰਾ ਤੌਰ ਮਿਲੇ ਹੋ ਕੀ ਮੀਨਾ ਪਕੌੜੇ ਨਾ ਤਲ ਕੇ ਖਵਾ ਪਕੌੜੇ ਕਿੱਥੋਂ ਤਲਨੇ ਤੁਸੀਂ ਚੱਬਲ ਜੇ ਨਾ ਮੈਂ ਤਾਂ ਸ਼ਰਮ ਹੀ ਨਹੀਂ ਤੈਨੂੰ ਸ਼ਰਮ ਹੀ ਨਹੀਂ ਤੈਨੂੰ ਮੇਰਾ ਪੁੱਤਰ ਮੈਂ ਸਮਝਾਵਾਂ ਨਾ ਸਮਝਾਵਾਂ ਤੈਨੂੰ ਕੀ ਮੈਨੂੰ ਨਹੀਂ ਕਿਤੇ ਚਲੇ ਮੈਨੂੰ ਹੁਣ ਕੌਣ ਸਲਵਾਰ ਚ ਨਾਲਾ ਪਾ ਕੇ ਦੇਗਾ ਜਿਹਨੇ ਦੁਨੀਆ ਤੇ ਆਇਆ ਉਹਨੇ ਮਰਨਾ ਹੀ ਹੈ ਵਾਪਸ ਜਾਣਾ ਹੀ ਹੈ ਚਲੀ ਗਈ ਵਾਪਸ ਹੁਣ ਆਪਣਾ ਹੋਰ ਕੁਛ ਸੋਚੋ ਇਹ ਜ਼ਰਾ ਜਲਦੀ ਚਲੇ ਗਈ ਕੀ ਜਲਦੀ ਇਹ ਸਰਦੀਆਂ ਜਿਹੜੀਆਂ ਲੰਘੀਆਂ ਨੇ ਜਿੰਨੀਆਂ ਸਰਦੀਆਂ ਸਨ ਜਾਂ ਤੇ ਰਜ਼ਾਈਆਂ ਦੋ ਹੋਣੀਆਂ ਚਾਹੀਦੀਆਂ ਜਾਂ ਰਜ਼ਾਈ ਦੇ ਵਿੱਚ ਦੋ ਹੋਣੇ ਚਾਹੀਦੇ ਫਿਰ ਬਚਦਾ ਬੰਦਾ ਯਕੀਨ ਕਰ ਮੈਂ ਤਾਂ ਹੁਣ ਨਾਉਣ ਜਾਂਦਾ ਤੇ ਡਿਊਟੀ ਖੋਲਣਾ ਟੂਟੀ ਅੱਗੋਂ ਕਹਿੰਦੀ ਤੂੰ ਕਿਉਂ ਨਾ ਆ ਰਿਹਾ ਕੀ ਮਸਲਾ ਕੀ ਪ੍ਰੋਬਲਮ ਹੈ ਸਾਬਣ ਨੂੰ ਹੱਥ ਲਾਉਣਾ ਉਹ ਕੋਈ ਮਾਵਾਂ ਬਣਨ ਦੀਆਂ ਗਾਲੀ ਕੱਢਣ ਲੱਗ ਪਾਉਂਦਾ ਮੇਰਾ ਨਹੀਂ ਹੱਕ ਮੈਂ ਨਾਵਾਂ ਚਲੋ ਜੂਨ ਜੁਲਾਈ ਚ ਨਾਵਾਂ ਲੇਕਿਨ ਨਾਵਾਂ ਤਾਂ ਸਹੀ ਨਾ ਬਕਵਾਸ ਕਰਦਾ ਮੇਰਾ ਨਾਲ ਮੈਂ ਹੀ ਕਰਨੀ ਹੈ ਉਹ ਨਹੀਂ ਤਾਂ ਤੁਹਾਨੂੰ ਦੇਖਣਾ ਜਿਹੜਾ ਮਹੱਲੇਦਾਰ ਸਾਰਾ ਮੈਂ ਫੇਸ ਕਰਨਾ ਹਰ ਬੰਦਾ ਮੈਨੂੰ ਮਹੱਲੇਦਾਰ ਆ ਕਿਸੇ ਨਖੱਤੀ ਦੇ ਆ ਬੱਚਿਆ ਇਹ ਮੇਰਾ ਪੁੱਤਰ ਹੈ ਤੁਹਾਡਾ ਜਿਹੜਾ ਤੁਸੀਂ ਐਡੀਆਂ ਸ਼ੋਕੀਆਂ ਮਾਰਦੇ ਹੋ ਮਟੀਰੀਅਲ ਮੇਰਾ ਤਾਂ ਰੋਪ ਹੋ ਪਾ ਰਹੇ ਨੇ ਵਾਰ ਵਾਰ ਮੈਨੂੰ ਤਾਂ ਇਸ ਘਰ ਦੀ ਸਮਝ ਨਹੀਂ ਆਉਂਦੀ ਤੁਹਾਡੇ ਪੁੱਤਰ ਨੇ ਸ਼ਰਤ ਵੀ ਜੀਬ ਰੱਖਤੀ ਹੈ ਕਿ ਜਿੰਨੀ ਦੇਰ ਤੱਕ ਮੇਰੀ ਬੀਵੀ ਨਹੀਂ ਠੀਕ ਹੁੰਦੀ ਮੇਰਾ ਪਿਓ ਵਿਆਹ ਨਹੀਂ ਕਰੇਗਾ ਉਹਨੇ ਮੇਰੇ ਨਾਲ ਦੁੱਖ ਕੀਤਾ ਉਹਨੇ ਮੈਨੂੰ ਕਿਹਾ ਸੀ ਮੇਰੀ ਸ਼ਾਦੀ ਹੋਏਗੀ ਉਸ ਤੋਂ ਬਾਅਦ ਅੱਬਾ ਜੀ ਤੁਸੀਂ ਵੀ ਆਪਣੀ ਸ਼ਾਦੀ ਕਰ ਲੈਣਾ ਉਹਦਾ ਦਿਮਾਗ ਖਰਾਬ ਹੋ ਗਿਆ ਤੇ ਮੇਰੀ ਵੀ ਰੋਕੀ ਹੈ ਤੈਨੂੰ ਪਤਾ ਮੈਂ ਕਿਵੇਂ ਵਕਤ ਪਾਸ ਕਰ ਰਿਹਾ ਯਕੀਨ ਕਰ 121 ਚੈਨਲ ਵੇਖ ਕੇ ਆਨੇ ਬਾਹਰ ਆ ਜਾਂਦੇ ਨੇ ਬੰਦੇ ਬੰਦਾ ਤੇਰਾ ਖਾਨਾ ਖਰਾਬੀ ਹੈ ਪੁੱਤਰੇ ਰਾਤ ਨੂੰ ਸ਼ਰਾਬ ਪੀ ਕੇ ਜੀਓ ਵੇਖ ਕੇ ਸੌਂ ਜਾਈਦਾ ਮੈਨੂੰ ਦੱਸਿਆ ਕਰੋ ਨਾ ਮੇਰੀ ਬੀਵੀ ਨਾ ਤੇਰੀ ਮੈਨੂੰ ਖਤਰਾ ਕਿਸੇ ਵੇਲੇ ਅਸੀਂ ਦੋਵੇਂ ਰਿਸ਼ਤਾ ਹੀ ਨਾ ਭੁੱਲ ਜਾਈਏ ਆਪਣੇ ਸਹੁਰੇ ਨੂੰ ਕਹਿੰਦਾ ਕਿ ਡਾਕਟਰ ਲੈ ਗਿਆ ਉਹ ਜਿਹੜਾ ਉਹਦਾ ਸਹੁਰਾ ਹੈ ਸਾਡਾ ਉਹਨੂੰ ਬਿਲਕੁਲ ਅਕਲ ਹੀ ਕੋਈ ਨਹੀਂ ਹੈ ਰੌਲਾ ਹੀ ਪਾਈ ਜਾਣ ਡਿਆ ਡਾਕਟਰ ਲੈ ਕੇ ਨਹੀਂ ਆ ਰਿਹਾ ਮੈਂ ਡਾਕਟਰ ਲੈਣ ਜਾਣਾ ਮੈਨੂੰ ਕਹਿੰਦੀ ਤੂੰ ਹੁੰਦਾ ਕੌਣ ਮੇਰੇ ਕੋਲ ਬੈਠਣ ਵਾਲਾ ਲੇਕਿਨ ਤੇਰਾ ਵੀ ਕਸੂਰ ਹੈ ਮੇਰਾ ਕੀ ਕਸੂਰ ਨੋ ਮੇਰੀ ਦਾ ਦਿਮਾਗ ਹੀ ਖਰਾਬ ਹੋਇਆ ਜਿਸਮ ਤਾਂ ਠੀਕ ਹੈ ਨਾ ਤੇ ਮੈਨੂੰ ਕੋਈ ਪੋਤਰਾ ਤਾਂ ਦੇ ਨਾ ਪੁੱਤਰ ਭਾਵੇਂ ਪਾਗਲ ਹੀ ਦੇਖ ਆ ਰੇ ਉਹ ਗੱਲ ਨਹੀਂ ਕਰਦੀ ਨੇੜੇ ਕਿੱਥੇ ਲੱਗਣ ਦਿੰਦੀ ਹੈ ਮੈਨੂੰ ਅੱਛਾ ਨੋ ਹੱਥ ਨਹੀਂ ਲਾਣ ਦਿੰਦੀ ਕਹਿੰਦੀ ਦਵਾ ਜਾ ਮੇਰੇ ਕਮਰੇ 'ਚ ਨਾ ਤੂੰ ਕੌਣ ਹੈ ਤੂੰ ਗੈਰ ਮਹਿਰਮ ਹੈ ਮੈਨੂੰ ਕਹਿੰਦੀ ਗੈਰ ਮਹਿਰਮ ਮੇਰਾ 4 ਲੱਖ ਰੁਪਈਆ ਲੱਗਾ ਤੁਹਾਨੂੰ ਗੈਰ ਮਹਿਰਮ ਕਹਿੰਦਾ ਹੈ 4 ਲੱਖ ਦੀ ਤਾਂ ਇਕੱਲੀ ਰੋਟੀ ਲੱਗੀ ਸੀ ਅੱਬਾ ਉਹ ਪੈਸਾ ਦੱਸ ਤੂੰ ਵੀ ਇੱਕਦਮ ਗਰੀਬ ਹੋ ਜਾਂਦਾ ਬੇਟਾ ਪਲੇਟ ਦੇ ਵਿੱਚ ਸ਼ੋਰਾ ਹੀ ਸ਼ੋਰਾ ਸੀ ਬੋਟੀ ਤਾਂ ਕਿਤੇ ਸੀ ਉੱਤੇ ਮੈਂ ਪਕਾਇਆ ਸੀ ਤੂੰ ਪਕਾਇਆ ਸੀ ਮੈਨੂੰ ਪਤਾ ਸੀ ਮੇਰੇ ਖਾਨਦਾਨ ਵਾਲੇ ਮੈਂ ਚੁੱਕਿਆ ਨਾ ਉਧਾਰ ਮੈਂ ਚੁੱਕੇ ਦਿੱਤੇ ਪੈਸੇ ਮੈਂ ਲਾਣੇ ਤੂੰ ਥੋੜਾ ਲਾਣੇ ਨੇ ਤੇਰੇ ਤੇ ਆਪਣੇ ਚਸਕੇ ਨਹੀਂ ਮੁੱਕਦੇ ਪਏ ਚਸਕੇ ਬਰਲ ਹੋਣੇ ਨੇ ਪਹਿਲੇ ਮੈਂ ਤੇਰੀ ਸ਼ਾਦੀ ਤੇ ਜਿਹੜੀ ਉਹ ਖਰਾਬ ਹੋ ਗਈ ਹੁਣ ਮੈਂ ਆਪਣੀ ਕਰਨੀ ਬਸ ਸੋਚੇਗੀ ਮਾਂ ਦੀ ਰੂਹ ਜੇ ਸ਼ਾਦੀ ਕਰੇਗਾ ਤੇ ਨਹੀਂ ਕਿੱਥੇ ਚਲੇ ਗਈ ਹੈ ਨਹੀਂ ਮੇਰੀਆਂ ਪਿੰਨੀਆਂ ਜਸਣ ਵਾਲੀਏ ਅੱਬਾ ਇਹ ਮੇਰੀ ਮਾਂ ਅੰਮੀ ਤੇ ਚਲੋ ਮੈਂ ਤੇ ਮੰਨ ਲੈਣਾ ਮੇਰੀ ਮਾਂ ਹੈ ਹਾਂ ਤੂੰ ਆਪਣੀ ਇਮਾਨਦਾਰੀ ਨਾਲ ਦੱਸ ਕਦੀ ਮਿਲਿਆ ਇਹਨੂੰ ਕਦੀ ਵੇਖੀ ਹੈ ਜਿੰਨੇ ਮੇਰੀ ਬੀਵੀ ਬਣਾਈ ਹੈ ਡਾਇਰੈਕਟਰ ਕੁੱਤੇ ਦਾ ਪੁੱਤਰ ਪਾਗਲ ਹੈ ਇਹ ਤਾਂ ਸ਼ੁਕਰ ਹੈ ਉਹਨੇ ਸਾਨੂੰ ਸ਼ਕਲਾਂ ਮਿਲ
ਮਿਲੀ ਜਾਂਦੀਆਂ ਨੇ ਭੈਣ ਦੇਖੋ ਨਾ ਹਿਮਾ ਮਾਲਨੀ ਨੂੰ ਮਿਲਦੀ ਪਈ ਮਾਂ ਸਾਡੀ ਮਾਸ਼ਾਅੱਲਾ ਹਿਮਾ ਮਾਲਨੀ ਨੂੰ ਨਹੀਂ ਤੇਰੀ ਮਾਂ ਮਿਲ ਰਹੀ ਪਤਾ ਨਹੀਂ ਕਿੰਨੂੰ ਮਿਲ ਰਹੀ ਮੈਨੂੰ ਵੀ ਨਹੀਂ ਪਤਾ ਸ਼ਕਲਾਂ ਮਿਲ ਜਾਂਦੀਆਂ ਨੇ ਹਰ ਚਿਹਰੇ ਦੋ ਦੋ ਹੁੰਦੇ ਨੇ ਮਾਂ ਤੇਰੀ ਤੇ ਮੈਂ ਤੇਰਾ ਪਿਓ ਆ ਹਾਂ ਮੈਨੂੰ ਪਤਾ ਸਮਝ ਆਈ ਨਾ ਸਮਝ ਆਈ ਨਾ ਕਿੱਡੀ ਸੋਹਣੀ ਮਾਂ ਸੀ ਇਹਦੀ ਤੇ ਕਿੱਡਾ ਸੋਹਣਾ ਪੁੱਤਰ ਇਹ ਮੇਰਾ ਕੈਮੀਕਲ ਨਹੀਂ ਮਾਸ਼ਾਅੱਲਾ ਤੇਰਾ ਕੈਮੀਕਲ ਨਹੀਂ ਇਹ ਮੇਰੀ ਸਿਆਹੀ ਦਾ ਬੇੜਾ ਕਰ ਰਿਹਾ ਬਾਕੀ ਤੁਹਾਡਾ ਬੇਟਾ ਹੁਣ ਮੈਂ ਤੈਨੂੰ ਜਿਹਦੇ ਨਾਲ ਬਣਾਇਆ ਉਹ ਮਸ਼ੀਨ ਵਿਖਾਵਾਂ ਫਿਰ ਤੈਨੂੰ ਪਤਾ ਲੱਗ ਜਾਏ ਤੈਨੂੰ ਕਿਵੇਂ ਪਤਾ ਲੱਗ ਰਿਹਾ ਤੇਰੇ ਸਾਹਮਣੇ 72 ਵਾਰੀ ਉਹ ਪਿਓ ਕਹਿ ਬੈਠਾ ਮੈਂ ਉਹਨੂੰ ਪੁੱਤਰ ਕਹਿ ਬੈਠਾ ਹਾਲੇ ਤੈਨੂੰ ਸਮੇਂ ਵਾਲ ਲੋ ਆ ਤੈਨੂੰ ਹੋਸ਼ ਆਵੇ ਬਗੈਰਤਾ ਜਿਹਨੂੰ ਮਾਂ ਕਹਿਣ ਡਿਓ ਨਾ ਉਹਦੀ ਉਹਦੇ ਪੁੱਤਰਾਂ ਦਾ ਪਤਾ ਜਨ ਬੜੇ ਜ਼ਾਲਮ ਉਹ ਦਿਖਾਉਂ ਤੇ ਇੰਨਾ ਜ਼ਾਲਮ ਹੁੰਦਾ ਸੀ ਬਾਜੀ ਓਏ ਮੈਂ ਤੀ ਤੁਹਾਨੂੰ ਚੰਗੇ ਪਾਲੇ ਤੇ ਤੈਸੀ ਆ ਸੋਹਣਾ ਆ ਲੋ ਕੀ ਕੀਤਾ ਜਾ ਓਏ ਅਸੀਂ ਕੁਝ ਨਹੀਂ ਕੀਤਾ ਅਸੀਂ ਨਰਸ ਦਿਖਾ ਦੇਤਾ ਆ ਲੋ ਕੀ ਓ ਦੱਸਾ ਮੇਰੀ ਤੀ ਕਿਤੇ ਆ ਕਮਰੇ 'ਚ ਬੈਠੀ ਆ ਓ ਧੀਏ ਤਾਂ ਟੰਗੀ ਹੈ ਧੀ ਤੇਰੀ ਮੇਰੇ ਧੀਏ ਕਿ ਤੇਰੀ ਧੋਤੀ ਜਿਹੜੀ ਉੱਥੇ ਲਾਈ ਮੈਂ ਸਹੀ ਹੁੰਦੀ ਤਾਂ ਟੰਗੀ ਹੋਣੀ ਸੀ ਓਏ ਓਏ ਮੇਰੀ ਧੀ ਨੂੰ ਕੀ ਕੀਤਾ ਜਾ ਉਹਦੀਆਂ ਲੱਤਾਂ ਵਾਲੀ ਜਗ੍ਹਾ 'ਤੇ ਬਾਹਾਂ ਲਾਤੀਆਂ ਨੇ ਬਾਹਾਂ ਵਾਲੀ ਜਗ੍ਹਾ 'ਤੇ ਲੱਤਾਂ ਲਾਤੀਆਂ ਇਹ ਕੀਤਾ ਸੀ ਉਹ ਤੂੰ ਪਾਗਲ ਨਹੀਂ ਅਸੀਂ ਉਹਨੂੰ ਕੀ ਕਰਨਾ ਪਾਗਲ ਯਾਰ ਓ ਮੇਰੀ ਧੀ ਓ ਮੈਂ ਗੱਲ ਨਹੀਂ ਕੀਤਾ ਓ ਤੇਰੀ ਧੀ ਨੂੰ ਕਿਹਨੇ ਕੀਤਾ ਯਾਰ ਓ ਤੇਰੀ ਮਾਂ ਓ ਤੇਰਾ ਪੰਜ ਸਾਲ ਸਾਨੂੰ ਘਰ ਪਾਉਂਦੀ ਪਈ ਹੈ ਓ ਮੇਰੀ ਧੀ ਕਿੱਥੇ ਮੈਨੂੰ ਦੱਸ ਦੇ ਇੱਕ ਵਾਰ ਕਮਰੇ 'ਚ ਬੈਠੀ ਹੈ ਓ ਡਾਕਟਰ ਲੈ ਕੇ ਆ ਓਏ ਇਲਾਜ ਕਰਾ ਦੇ ਹੈ ਓ ਠੀਕ ਹੋਏਗੀ ਹੈ ਓ ਸਭਾ ਸਾਡਾ ਘਰ ਚੱਲੇਗਾ ਹੈ ਆਪਣਾ ਵੀ ਕੰਮ ਬੰਦ ਪੁੱਤਰ ਦਾ ਵੀ ਬੰਦ ਹੁਣ ਤਾਂ ਬਸ ਇਸੀ ਫਿਰ ਰਹੇ ਆ ਲੇਕਿਨ ਇਹ ਮੁਕਦਰਾ ਵਾਲੀ ਇਹ ਤੇਰੀ ਮਾਂ ਦਾ ਜੰਨਤ 'ਚ ਘਰ ਆਉਣਾ ਹੀ ਇਸਦਾ ਇਹਦਾ ਨਾਲ ਹੀ ਜਾਏਗਾ ਫਿਰ ਉਸੇ ਜੰਨਤ 'ਚ ਮਾਂ ਵੀ ਐਸੀ ਦੇ ਦਿੱਤੀ ਜਿਹੜੀ ਜੰਨਤ ਵੀ ਨਹੀਂ ਵੜ ਸਕਦੀ ਕੋਈ ਨੀ ਅੱਲਾ ਮਾਫ਼ ਕਰਨ ਵਾਲਾ ਪਤਾ ਨੀ ਕਿਹਨੂੰ ਕਿਹਨੂੰ ਮਾਫ਼ ਕਰ ਦੇਵੇ ਰੱਬ ਨੇ ਬਖਸ਼ਣਾ ਅਸੀਂ ਥੋੜ੍ਹਾ ਬਖਸ਼ਣਾ ਗੱਲ ਤਾਂ ਤੇਰੀ ਸੱਚੀ ਹੈ ਲੇਕਿਨ ਬੇਟਾ ਮੇਰੇ ਕੋਲ ਹੁਣ ਨਾ ਸਬਰ ਨਹੀਂ ਹੁੰਦਾ ਤੇਰੀ ਅੰਦਰ ਜਾ ਕੇ ਪਹਿਲਾਂ ਮੇਰੀ ਬੀਵੀ ਦਾ ਇਲਾਜ ਕਰਵਾ ਉਸ ਤੋਂ ਬਾਅਦ ਦੂਜੀ ਗੱਲ ਕਰਨੀ ਆਪਾਂ ਮੈਂ ਤੇਰੀ ਬੀਵੀ ਦਾ ਇਲਾਜ ਕੀਤਾ ਔਰ ਆਪਣਾ ਸ਼ਾਦੀ ਦਾ ਖਿਆਲ ਦਿਲ 'ਚੋਂ ਕੱਢ ਦੇ ਮੈਂ ਕਰਨੀ ਹੈ ਸ਼ਾਦੀ ਮੇਰੇ ਕੋਲ ਹੁਣ ਬਰਦਾਸ਼ਤ ਨਹੀਂ ਹੁੰਦਾ ਐਡੀਆਂ ਸੋਹਣੀਆਂ ਸਰਦੀਆਂ ਕਿੱਥੋਂ ਕੱਢਾਂਗਾ ਮੈਂ ਜੀ ਫਰਮਾਈਏ ਸਲਾਮ ਅਲੈਕੁਮ ਵਾਲੇਕੁਮ ਸਲਾਮ ਡਾਕਟਰ ਕਿੱਥੇ ਹੀ ਡਾਕਟਰ ਹਾਂ ਬੁਲਾਓ ਨਾ ਉਹਨੂੰ ਮੈਂ ਜਨਾਬ ਖੁਦਾ ਦਾ ਵਾਸਤਾ ਤੇਰੇ ਕੋਲ ਗਟਰ ਨਹੀਂ ਕਢਾਉਣਾ ਸੀ ਇਲਾਜ ਤੇਰੇ ਕੋਲ ਕੌਣ ਕਰਾਏਗਾ ਪੇਸ਼ੈਂਟ ਦਾ ਨਾਂ ਸ਼ੈਲਾ ਜਿਹੜੀ ਪਾਗਲ ਹੋਈ ਹੈ ਹਾਂਜੀ ਸ਼ੈਲਾ ਸ਼ੈਲਾ ਔਰ ਤੁਸੀਂ ਉਹਦੇ ਕੀ ਲੱਗਦੇ ਹੋ ਮੈਂ ਹਸਬੈਂਡ ਜੀ ਸ਼ੋਹਰ ਬਗੈਰਤ ਦਾ ਪੁੱਤਰ ਇਸ ਗੱਲ ਦਾ ਇਲਾਜ ਨਾਲ ਕੀ ਤਲਕ ਹੋਏ ਓਏ ਆਪਣੀ ਬੀਵੀ ਨੂੰ ਪਾਗਲ ਕਰਤਾ ਤੂੰ ਮੈਂ ਨਹੀਂ ਕਰ ਦਿੱਤਾ ਕੁਦਰਤੀ ਤੌਰ ਤੇ ਹੋਈ ਹੈ ਸ਼ਰਮ ਹੀ ਨਹੀਂ ਆਉਂਦੀ ਤੈਨੂੰ ਸ਼ਰਮ ਕਾਹਦੀ ਮਾਮਾ ਤੇਰੇ ਸਾਹਮਣੇ ਨਹਾਉਣ ਲੱਗ ਪਿਆ ਮੈਂ ਅਜੇ ਆ ਕਰ ਤੂੰ ਗੱਲ ਕਰਨ ਵਾਲੀ ਕਰ ਜਿਹੜਾ ਇਲਾਜ ਉਹ ਕਰ ਇਲਾਜ ਕਰ ਰਿਹਾ ਡਾਕਟਰ ਕੋਲ ਕੋਈ ਚੀਜ਼ ਨਹੀਂ ਲਗਾਈ ਦੀ ਆ ਫਿਰ ਅੰਦਰ ਆ ਇਹ ਪੇਸ਼ੈਂਟ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਕਿੰਨੀ ਹੈ 27 ਸਾਲ ਕੁੜੀ ਦੀ ਉਮਰ 27 ਸਾਲ ਔਰ ਤੇਰੀ 38 ਸਾਲ ਕੁੱਤੀ ਨਸਲ ਦਾ ਬਗੈਰ ਦਿਆ ਬੱਚਿਆ ਤੂੰ ਦਵਾਈ ਲਿਖ ਤੂੰ ਗਾਲਾਂ ਲਿਖਣ ਡੇ ਬੱਚੀ ਤੇ ਜ਼ੁਲਮ ਕਰਦਾ ਉਹ ਜ਼ੁਲਮ ਨਹੀਂ ਕੀਤਾ ਪਾਗਲ ਹੋ ਗਈ ਬਸ ਦਿਮਾਗ ਉਹਦਾ ਖਰਾਬ ਹੋ ਗਿਆ ਇੰਝ ਹੀ ਕੁੜੀਆਂ ਪਾਗਲ ਹੁੰਦੀਆਂ ਨੇ ਨਾ ਇਹਦੇ 'ਚ ਮੇਰਾ ਕੀ ਕਸੂਰ ਤੇਰਾ ਕੀ ਕਸੂਰ ਐਕਸੀਡੈਂਟ ਹੋਇਆ ਐਕਸੀਡੈਂਟ ਨਾਲ ਪਾਗਲ ਹੋ ਗਈ ਉਹ ਅੱਛਾ ਸ਼ਾਦੀ ਹੋਈ ਨੂੰ ਕਿੰਨੀ ਦੇਰ ਹੋਈ ਹੈ 11 ਮਹੀਨੇ ਤੇ ਪਾਗਲ ਹੋਈ ਨੂੰ ਕਿੰਨੀ ਹੋਈ ਦੇਰ ਤਕਰੀਬਨ 2 ਕੁ ਮਹੀਨੇ ਬਗੈਰਤ ਦਾ ਪੁੱਤਰ
میں تیری گل کا غصہ نہیں کرنا کوئی بھی کیونکہ میں علاج کرنا علاج کرا کل کر کوئی میں نہیں چاہتا کہ تو بھی پاگل ہو جائے دماغ دا ڈاکٹر دے دماغ ٹھیک نہیں اچھا یہ جڑی کڑی ہے ہاں یہ خوبصورت ہے تیرے نال یا اس گل دا بیماری نال کی تعلق ہے بھائی جان ساری ڈیٹیل لکھاؤ جی علاج کراؤ یہ خوبصورت ہی ہوں نے پھر تو زیادہ خوبصورت ہے میں کیوں کہاں جو میں پوچھن دیا چپ کر کے دسی جا پتہ کہ او دا میرا نہ پوچھ اپنا تے میرا پوچھ پھر پتہ لگے تینوں کڑی سونی ہے ہاں تیرے حساب نال تے بہت سونی ہے تیرے حساب نال تے جنتی ہو رہی ہے اپنے بول ویک سالیا لگتا شلوار چ نہلا ٹوٹا جا کے چیک کر لا ہوں شلوار پائی گی کہ نہیں کی بکواس کرن دیا اچھا یہ جی بچی ہے جی پاگل ہوئی ہے میرے یہ دسو کہ کی حرکتیں کر رہی ہے اچھا حرکتیں دیکھو جی صرف وہ میموری لاس ہوئی وہ میں واش ہو گیا اچھا باقی ساری چیزوں کچھ کچھ یاد نے مطلب اپنا گھر یاد نہیں اپنا پیو نو یاد ہے میرا پیو نو تقریباً تھوڑا بہت یاد ہے تینوں کدھر ویکیا مجھے صاف کہہ دی ہے کہ تینوں میں جانتی نہیں کپڑے کہڑے پاؤں گی دھوتے ہوئے دھوتے ہوئے یہ پورے پانچ کہتے پاؤں گی تو ڈاکٹر پیمرال ہو آیا تو میرا خیال میرے نال ایک ڈاکٹر آئے نا جی تھی کہو تو میں بلاوا لیڈیز ڈاکٹر نے ہاں جی بلاوا اے ڈاکٹر صاحب آ جا وعلیکم السلام جی جی کدھر پیشنٹ جلدی نہ پیشنٹ دسو پیشنٹ اندر ہے جناب پیشنٹ تو تسی ایتھے کی کر رہے ہو نہیں ایڈی سینئر سال نہیں جڑا تسی پریشان ہوئے ہو نارمل ہے اچھا نارمل ہے ہاں ہویا کس ہونا نو ہویا اس کی ایکسیڈنٹ ہویا گا ساڈا کس طرح میں تے میری بیوی اسی دوویں جا رہے سان راوی تے اچھا راوی تے راوی تے ہاں جی صدقہ دیتا سی سالیا تو اوتھے اپنی چیلاں چھڈیاں صدقہ دیتا سی بیگم جیڑا گڈی چلا گیئر وہی لانا سیدھا سوال دسنا یار تیئر میں گیئر لا رہا سی کی فائدہ بیاہ دا گیئر بھی آپ لاؤن دیا اس گل کا بیاہ کی تعلق ہے بیاہ کا کی تعلق اس گل کا بھائی جان میں کرسی مار کے سر پاٹ دا نا تیرا یہ کہڑا ڈاکٹر لے کے آئے تھی تھی گسا نہ کرو صحیح گلا پوچھ رہا ہے صحیح گلا پوچھ رہا ہے اچھا اس کے بعد کیا ہوا اس بعد ہوا کہ اسی راوی تے جا رہے سن اچانک ساڈے سامنے ایک ویگن آ گئی جہاں کی مرغیاں لوٹ سن اچھا مرغیاں کا جال ٹوٹ گیا وہ تو جو 15-20 مرغیاں کا جڑا جتھا سی میری آ کے سکرین تے بچا سکرین تے بچا میں گڈی ماریا کٹ گڈی جا کے بچی نکر دے وچ تے گڈی الٹ گئی گڈی الٹی تے راوی دے وچ گئی تے جڑیاں مرغیاں مریاں کے بچ گئی ہیں او وٹھاں کٹھیاں کرن والی عورت دے بچے آ تو ماما ساڈی فکر کر تن مرغیاں دی پئی ساری ڈیٹیل دا پتہ ہو اچھا ایک سوال دا جواب دیو تہاڈی بیگم نہا کے بیٹھی سی کہ نہان تو بغیر بیٹھی سی ماشاءاللہ او وی اگو امریکہ دی سرجن نکلی میں بڑی جینیئس سمجھ کے ان سوالاں دے جواب دئی جا رہے ہاں مینوں کی پتہ وی اے چوں بچی ہے نفرت کرن لگ پئی میرے نال جڑی گل ڈاکٹر صاحب نے پوچھی اودا تسی جواب نہیں دیتا جدوں کڑی ڈگی ہو پوچھ رہی ہے کہ نہا کے گھروں گئی سی یا نہیں بھائی جان راوی جی ڈگی سی نا جی نہیں بھی نہاتی ہوگی تے نہا لیا ہوئے گا لیکن راوی صابن تے نہیں نا ہوئے گا اوتھے تیری والدہ مچھیاں ہوندیاں نے انہاں نوں صابن تولیے لے دے صابن تو بغیر نہ تھی ویسے آپس دی گل ہے تہاڈے نال بہت زیادہ زیادتی ہوئی ہے مینوں لگ رہا ہے ہاں جی تے ذرا پیشنٹ مینوں وہا دیو تاکہ میں انہوں چیک کراں پیشنٹ اندر ہے تہانوں اندر جانا پے گا رسی اوئے جی صاحب جی انہاں نوں ڈاکٹر نوں تے انہاں نوں اندر لے کے جا جا کے شیلا نوں ملا کی ڈاکٹر آؤ جی چلو چلو میڈم آؤ میڈم ہاں جی آئے آئے پیشنٹ کے پاس لے کے چلو آپ اے
ਇੱਥੇ ਮੈਡੀਕਲ ਸਟੋਰ ਹੈ, ਉੱਥੋਂ ਦੋ ਟੀਕੇ ਔਰ ਇੱਕ ਇੰਗਲਿਸ਼ ਫਿਲਮ ਲੈ ਕੇ ਆ। ਬਸ ਭਾਈ ਬਸ, ਮੈਂ ਫੈਸਲਾ ਕਰ ਦਿੱਤਾ ਕਿ ਇੱਥੇ ਹੁਣ ਮੇਰੀ ਮਸ਼ੂਕ ਆਏਗੀ, ਸ਼ਾਦੀ ਕਰਾਂਗਾ ਮੈਂ ਉਹਦੇ ਨਾਲ। ਅੱਬਾ ਜੀ, ਮੈਂ ਤੁਹਾਨੂੰ ਪਹਿਲੇ ਮਨਾ ਕੀਤਾ, ਤੁਸੀਂ ਸ਼ਾਦੀ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦਾ ਮੈਂ? ਕਿਉਂ ਨਹੀਂ ਕਰ ਸਕਦਾ? ਮੈਂ ਕਰਾਂਗਾ। ਮੇਰੀ ਹੋਣ ਵਾਲੀ ਮਾਂ ਆ ਰਹੀ ਇੱਥੇ, ਆ ਰਹੀ ਇੱਥੇ, ਕਿਉਂਕਿ ਮੇਰੀ ਜ਼ਿੰਦਗੀ ਬੜੀ ਉਂਜਾਨ ਜੀ ਹੋ ਗਈ ਹੈ, ਤੇ ਜਦੋਂ ਉਹ ਮੇਰੀ ਜ਼ਿੰਦਗੀ ਚ ਆਏਗੀ, ਮੇਰੀ ਜ਼ਿੰਦਗੀ ਚ ਬਹਾਰ ਆ ਜਾਏਗੀ।
ਟੱਕਰਾਂ ਨਹੀਂ ਮਾਰਨੀ ਮੈਂ ਨਾ ਸਟੈਪ ਚੇਂਜ ਦਿਓ ਅਸਲ ਮੈਂ ਮੇਰੇ ਆਪਣਾ ਦੋਸਤ ਹੈ ਜੇ ਭੇਡੂ ਬੜੇ ਸ਼ੌਕ ਸੇ ਖਾਤੇ ਬੇਟਾ ਨੂੰ ਕੁਝ ਕੀ ਤੰਗ ਕਰ ਰਹੀ ਹੈ پاگل ہو گئی ہو اس گھر میں آئی ہو مانگا بھی تو کیا ایک گاڑی ایک گاڑی ارے یہ تو ہماری اوقات ہی نہیں کہ ایک گاڑی دے سکے ایک گڈی ایک گڈی اسی تین دیا گے اسی تین دیا گے ایک گڈی بیٹری لو دھاگے نہ کھچ کے جا رہے ہیں تینوں پتہ نہیں کس امیر فیملی چ تو آ چکی اور میں کی منگنی تینوں کر دیاں گے اسی اور کر تینوں دیاں گے تینوں پتہ اس گل دا کیا کون سا پاگل ساڈا جڑا گھر ہے ساڈے گھر دے جدو چڑنی ہے تو پھر کوئی وڈی چھڈ کے لمبائی نہیں جواب ایڈا وڈا چپو ہے اپنے گھر دے وچوں پانی چ پائیے اگو جا کے لندن وچوں نکلدا ہے لندن والے نے ساڈے تے کیس کر دتا کہ بغیر ویزے تو تہاڈا چپو ساڈے والے پاسے نکلاؤں گا جی او تے میں کیا چپو بے زبان نے اونوں کی پتہ وی ادھر آونا کہ نہیں آونا یقین کر او انڈیا دے وچوں دی ہو کے جاندا ہے نا چپو اوے گلزار نے ساڈا چپو ویکھ کے اسی چپو چپو چرخا چلے اینوں دس ساڈے تے اپنے موسم نے موسم ساڈے اپنے اچھا کون کون ویدر ویدر جدو چاہیے تو پکڑوا لیے جدو چاہیے میہ پوا لیے ہائے بارش کیسے ساڈا دل کرے بارش کراون دا وانس ہی ایڈا وڈا ہے انج بدلاں تے ماری دا تے شروع ہو جاندی ہے اچھا میں سمجھیا سی کوئی درویشی والی گل کرو کہ کسی دعا مانگنے تو نکلن دی تے دعا مانگنے تے اپنے پچھلا ٹائر والی شدر گڈی موڑے گا ساڈا پیو ساڈے کو دو انجن نے انجن جانا پہ وہ جاؤ انجن جانا پہ وہ جاؤ موڑنی ضرور ہے ڈرائیور وہ ہوں گجر والے ٹینکی ہوں لاہور اتوں رکشا کرا کے آ کے پیٹرول پمپ والے کہنا پہنتا فل کر دے پھر اسے رکشے سے جا کے ڈرائیور سیٹ تے جانا ہے انہوں نے پٹرول نہیں لگتا جن پیسے رکشا لے لینا ہے کون سی گاڑی ہے یہ نام نہیں رکھا اس کا گاڑی ہے ایک تو نا لیموزین یہ لمو چھوڑی ایک تو نا اپنا کرولا اے لمکولا تو آپ بتائیے آپ کو لڑکا پسند ہے مجھے نا آپ بہت پسند آئے آپ ہاں جی آپ نہیں میری بات نہیں ہو رہی تیری کتوں آ گئی خرچے ساڈے ہوئے نے بات سنے جی میں آپ کو بڑا صوفی رکھوں میں تیرے پیروں چوں نہیں اٹھنا یقین کر میری گل سنو اپنی عمر ویکھو کچھ شرم نو ہاتھ مارو شرم نو ہاتھ مارن واسطے تے شادی کر رہے ہیں سارا علاقہ کہندا ہے کہ تو لوکاں دیاں دیاں بہناں نو چھیڑنا کوئی شرم نو ہاتھ مار اپنی شادی کر میں آپ عورت چ خود کفیل ہونا چاہنا جی میرے نال شادی کر لا تیری بڑی مہربانی بابا جی بابا جی اے ڈانگ میں ویسے رکھی مینوں قبض ہوندی ہے میں بابا نہیں ہاں
ਮੈਂ ਸ਼ਾਦੀ ਕਰਨੀ, ਮੈਂ ਜ਼ਹਿਨ ਬਣਾ ਰਿਹਾ, ਮੈਂ ਤੇਰਾ ਪਿੱਛੇ ਹੀ ਆ ਰਿਹਾ। ਮੈਂ ਤੈਨੂੰ ਦੱਸਾਂ ਖਰਾਬ ਹੈ। ਕੀ ਹੋਇਆ? ਤੇਰਾ ਜਿਸਮ ਕੱਚਾ ਹੈ ਤੈਨੂੰ।
ਉਹਦੇ ਦਿਮਾਗ ਦੀ ਕੈਫੀਅਤ ਖਰਾਬ ਹੋ ਗਈ, ਉਹਦੇ ਜਿਸਮ ਕੱਚਾ। ਕੀ ਹੋ ਰਿਹਾ, ਕਿਹੜਾ ਮੇਰਾ ਜਿਸਮ ਕੱਚਾ, ਕੀ ਹੋ ਗਿਆ ਮੈਨੂੰ? ਇਹ ਇਲਾਜ ਨਹੀਂ ਕਰ ਰਹੀ ਤੇਰੇ? ਪਤਾ ਕੀ ਇਲਾਜ ਕਰ ਰਹੀ? ਹਾਂਜੀ, ਇੰਜ ਕਰ ਰਹੀ, ਕਹਿੰਦੀ ਆਓ ਤੁਹਾਨੂੰ ਕੁੱਟਾਂ। ਇਹ ਕਿਹੜਾ ਕੁੱਟਣਾ ਹੈ, ਇਸ ਤਰ੍ਹਾਂ ਕੌਣ ਕੁੱਟਦਾ? ਇੱਕ ਮਿੰਟ ਮੇਰੀ ਗੱਲ ਸੁਣੋ, ਜਦੋਂ ਲੱਤਾਂ ਚੁੱਕ ਕੇ ਕੁੱਟੋ ਨਾ ਤੇ ਦਿਮਾਗ ਨੂੰ ਸਕੂਨ ਪਹੁੰਚਦਾ ਤੇਰੇ ਭਲੇ। ਹੈਲੋ, ਉਹ ਮੈਂ ਕਿ ਸੀ ਹਸਪੀਟਲ ਤੋਂ ਜਾ ਕੇ ਲੈ ਕੇ ਆਓ ਡਾਕਟਰ, ਇਹ ਖਾਨਾ ਖਰਾਬ ਲਕਸ਼ਮੀ ਚੌਕ ਤੋਂ ਕੋਈ ਸਫਾਲੀ ਗੌਰ ਚੁੱਕ ਲਿਆ। ਮੇਰੀ ਮੰਨ ਲੈ, ਡਾਕਟਰ ਨਹੀਂ ਤਾਈ ਹੈ। ਤੇਰੀ ਮਾਲਸ਼ੀ ਵਾਲੀਆਂ ਗੱਲਾਂ ਨੇ। ਹੈਲੋ, ਕੀ ਮੈਂ ਡਾਕਟਰ ਆ, ਨੈਰੋ ਸਰਜਨ ਆ, ਮੈਂ ਤਾਈ ਨਹੀਂ। ਓਹੋ, ਨੈਰੋ ਸਰਜਨ ਹੈ, ਦਵਾਈ ਮੈਨੂੰ ਕੀ ਦਿੰਦੀ ਹੈ? ਕਹਿੰਦੀ ਤੁਹਾਡੀ ਪੰਜੀਰੀ ਖਾਣ ਦਾ ਟਾਈਮ ਹੋ ਗਿਆ। ਤੁਹਾਨੂੰ ਪਤਾ ਹੈ ਪੰਜੀਰੀ ਦੇ ਵਿੱਚ ਕਿੰਨੇ ਫਾਇਦੇ ਨੇ? ਔਰ ਮੇਰੀ ਆਲਾ ਪੰਜੀਰੀ ਬਣਾਈ, ਤੇਰੀ ਸੋਚ ਹੋਣੀ ਹੈ। ਅੱਛਾ, ਹਾਂ, ਕਿਕਰਾਂ ਦੀ ਗੂੰਦ ਨਹੀਂ ਹੁੰਦੀ, ਹਾਂ ਉਹ ਲਈ, ਫਿਰ ਪਿੰਡੀਆਂ ਦੇ ਵਿੱਚੋਂ ਲੇਸ ਕੱਢੀ। ਇਹ ਦਿਮਾਗ ਦੀ ਡਾਕਟਰ ਤੇ ਲੇਸਾਂ ਕੱਢਣ ਨਹੀਂ, ਉਹ ਕਿੱਥੇ ਸਾਲਾ ਤੇਰਾ ਲੇਸਾਂ ਦਾ ਰਾਜਾ, ਸਾਲਾ ਲੱਗਦਾ ਸਾੜ ਕੇ ਬੁਝਾਇਆ ਕਿਸੇ ਨੇ। ਕੀ ਹੋਇਆ? ਉਹ ਇੰਨੀ ਜ਼ਬਰਦਸਤ ਇਹਨੂੰ ਸਮਝਾ ਭਾਈ, ਕਿਹੜੀ ਦਵਾਈ ਬਣਾਣ ਡਈ ਹੈ? ਉਹ ਕਹਿੰਦੀ ਕਿਕਰਾਂ ਚੋਂ ਗੂੰਦ ਲਈ ਹੈ ਤੇ ਪਿੰਡੀਆਂ ਦੀ ਲੇਸ ਕੱਢੀ ਹੈ, ਇਹ ਕਿਹੜੀ ਦਵਾਈ ਹੈ? ਉਹ ਤੇ ਮੈਂ ਖਾਣੀ ਸੀ। ਓਏ ਸਾਲਿਓ, ਕਿਹੜੇ ਡਾਕਟਰ ਹੋ ਤੁਸੀਂ? ਤੁਸੀਂ ਇਹ ਦਵਾਈ ਮੇਰੀ? ਉਹ ਮੈਂ ਇਹਨਾਂ ਨੂੰ ਦਵਾਈ ਦੇ ਰਹੀ ਸੀ, ਇਹਨਾਂ ਦੇ ਵੇਖੋ ਅੱਖਾਂ ਦੇ ਵਿੱਚੋਂ ਇਹ ਵੇਖੋ ਆਵਾਜ਼ ਆ ਰਹੀ ਹੈ। ਤੇ ਹੋਰ ਇਹ ਤਾਂ ਗਾਣਾ ਚੱਲਦਾ ਹੁੰਦਾ, ਜਦੋਂ ਗੋਡੇ ਤੇ ਕੁਛ ਐ ਮਾਰੇਗੀ ਆਵਾਜ਼ ਹੀ ਆਏਗੀ। ਇਹ ਮੇਰੇ ਤੋਂ ਦਿਮਾਗ ਦਾ ਇਲਾਜ ਕਰਾ ਰਹੇ ਨੇ, ਮੇਰਾ ਦਿਮਾਗ ਖਰਾਬ ਕਰ ਰਹੇ ਹੈ। ਤੁਸੀਂ ਆਰਾਮ ਨਾਲ ਬੋਲੋ। ਹਾਥੀ ਦਾਈਆਂ ਵਾਲੇ ਲਾ ਰਹੀ? ਨਹੀਂ, ਮੈਨੂੰ ਦਾਈ ਨਹੀਂ ਕਹਿਣਾ, ਤੇਰੀ ਸ਼ਕਲ ਹੀ ਦਾਈਆਂ ਵਰਗੀ ਹੈ। ਉੰਨੀ ਇਹ ਵੇਖ, ਮੈਂ ਡਾਕਟਰ ਆ। ਇਹ ਡਾਕਟਰ? ਹਾਂਜੀ। ਇਹਦੀ ਹਰਕਤਾਂ ਵੇ, ਕਿਉਂ ਮੈਨੂੰ ਪਾਗਲ ਕਰ ਰਹੇ ਹੈ? ਮੈਡਮ, ਚੈੱਕਅਪ ਕਰਨਾ ਜੇ ਤੁਸੀਂ ਕਰਨਾ ਹੈ ਕਦੀ, ਤੂੰ ਵੇਖੋ ਲਾ ਕੇ ਕੋਈ ਟੂਟੀ ਛੁੱਟੀ, ਇਹਨੂੰ ਕੀ ਹਾਲ ਹੈ ਹੁਣ ਇਹਦਾ? ਇਹਨੂੰ ਆਪਣੇ ਕੰਨਾਂ ਨਾਲ ਮਿਲਾ, ਤੈਨੂੰ ਹੱਥਾਂ 'ਚ ਪਤਾ ਲੱਗ ਜਾਂਦਾ। ਪਾਗਲ ਬਣਾਓ ਲੱਗੇ, ਇਹਨਾਂ ਥੋੜਾ ਹੁੰਦਾ। ਮੈਂ ਤੇ ਥੋੜਾ ਬਹੁਤ ਜੇ ਬੰਦਾ ਕਰੀਬ ਤਰੀਂ ਜਾਂਦਾ ਨਾ, ਕੰਨਾਂ ਨੂੰ ਲਾ ਟੂਟੀਆਂ, ਇਹਨਾਂ 'ਚ ਪਾਣੀ ਆਉਂਦਾ ਕੰਨਾਂ ਨੂੰ। ਤੁਸੀਂ ਇੰਨੀ ਸ਼ਫਾ ਹੈ ਕਿ ਮੈਂ ਤੇ ਹੱਥ ਲਾਵਾਂ ਤਾਂ ਮਰੀਜ਼ ਉੱਠ ਕੇ ਭੱਜ ਪੈਂਦਾ। ਡਾਕਟਰ ਸਾਹਿਬਾ, ਕੰਨਾਂ ਨੂੰ ਟੂਟੀਆਂ ਵੀ ਲਾਓ ਤੇ ਕੰਨਾਂ ਨੂੰ ਹੱਥ ਵੀ ਲਾਓ। ਇਹ ਤੇਰੇ ਕੰਨ ਇੱਥੇ ਨੇ। ਓ ਸੌਰੀ ਸੌਰੀ। ਇਹ ਵੇਖਿਓ। ਹਾਂਜੀ, ਇਹ ਵੇਖੋ, ਇਹਨੇ ਪੱਠੇ ਕਮਜ਼ੋਰ ਜੇ। ਆ ਜਾਓ ਜੀ, ਪੱਠੇ ਕਮਜ਼ੋਰ ਨੇ। ਹਾਂਜੀ, ਇੱਕ ਮਿੰਟ ਜੀ, ਡਿੱਗਣ ਵਾਲੇ ਨੇ, ਇੱਕ ਮਿੰਟ ਹਟ ਜਾਓ, ਪੱਠੇ ਕਮਜ਼ੋਰ ਨੇ। ਆ ਵਿੱਚ ਥੋੜਾ ਜਿਹਾ ਲੂਸਣ ਪਾ ਦਿਓ। ਕੀ ਬਕਵਾਸ ਹੈ ਭਾਈਜਾਨ, ਗੱਲ ਪਤਾ ਕੀ ਹੈ? ਤੇਰੀ ਗੋਡੇ ਚੈੱਕ ਕਰਦੀ ਹੈ, ਵੇਖੋ ਨਾ। ਵੇਖੋ ਗੱਲ ਸੁਣੋ, ਇਹ ਜਿਹੜਾ ਗੋਡਿਆਂ ਦਾ ਕਨੈਕਸ਼ਨ ਹੁੰਦਾ ਨਾ, ਅੱਛਾ ਜੀ, ਇਹ ਸਿੱਧਾ ਦਿਮਾਗ ਨਾਲ ਵੱਜਦਾ ਹੈ। ਹਾਂਜੀ, ਸਮਝੋ, ਇਹ ਇਥੋਂ ਇੱਕ ਸਰ ਇਸ ਜਗ੍ਹਾ ਤੋਂ ਨਾ, ਇਹ ਦਿਮਾਗ ਤੋਂ ਇੱਕ ਨਸ ਜਾਂਦੀ ਹੈ ਥੱਲੇ, ਇੰਜ ਇਹ ਇੰਜ ਆਉਂਦੀ। ਹਾਂ ਠੀਕ ਹੈ, ਠੀਕ ਹੈ। ਉਹ ਐਵੇਂ ਘਟੀਆ ਜਾਂ ਡਾਕਟਰ ਹੋ ਰਿਹਾ, ਕਿਹੜੀ ਹਰਕਤ ਕਰਦੇ ਆ? ਚੁੱਪ ਕਰਕੇ ਕਿਉਂ ਨੀ ਚੈੱਕਅਪ ਕਰਾਉਂਦਾ? ਬਦੋ ਬਦੀ ਨੱਚਣ ਵਾਲੀ ਮਾਂ ਦੇ ਆ ਪੁੱਤਰਾ। ₹1,60,000 ਰੁਪਇਆ ਤਨਖਾਹ ਲੈਣਾ, ਉਹ ਤੂੰ ਮੈਨੂੰ ਕੁਝ ਨੀ ਸਮਝਣ ਡਿਆ? ਦਿੰਦਾ ਕੌਣ ਹੈ? ਦਿੰਦਾ ਕੌਣ ਹੈ? ਬਗੈਰਤ ਦਾ ਪੁੱਤਰ। ਚਲੋ ਜੇ ਇਧਰ ਪ੍ਰੋਬਲਮ ਹੋ ਰਹੀ ਹੈ ਤੇ ਕੋਈ ਐਸੀ ਗੱਲ ਨਹੀਂ, ਮੈਂ ਕਿਹਾ ਤੁਹਾਨੂੰ ਮੈਂ ਦੱਸਾਂ ਕਿ ਇਹ ਨਾੜ ਕਿੱਥੋਂ ਤੱਕ ਜਾਂਦੀ ਹੈ। ਉਹ ਮੈਡਮ, ਖੁਦਾ ਦਾ ਵਾਸਤਾ, ਕਿਹੜੇ ਮੁਲਕ 'ਚ ਤੁਸੀਂ ਡਿਗਰੀ ਲਈ ਹੈ? ਮੈਂ ਇੱਕ ਹੋਰ ਐਸਾ ਆਲਾ ਦਵਾਈ ਬਣਾ ਰਹੀ ਹਾਂ, ਤੁਹਾਡੀ ਸੋਚ ਹੋਰ ਆਲਾ ਦਵਾਈ ਬਣਾ ਰਹੀ ਹਾਂ। ਕਿਹੜਾ? ਇੱਕ ਪਤੀਲਾ ਰੱਖ ਕੇ ਨਾ ਪਾਣੀ ਦਾ ਅੱਗ ਦੇ ਉੱਤੇ, ਉਹਦੇ ਵਿੱਚ ਬੇਰੀਆਂ ਦੇ ਪੱਤੇ, ਲੂਣ, ਤੇਲ, ਸਾਰਾ ਕੁਝ ਪਾ ਕੇ ਬਾਲੇ ਦੁਆਰੀਆਂ ਤੇ ਇਹਦਾ ਇਲਾਜ ਕਰਨ ਲੱਗੀ ਹਾਂ, ਆਪਣਾ ਛਿਲਾ ਨਾਉਣ ਲੱਗੀ ਹਾਂ। ਇਲਾਜ ਕਰ ਰਹੀ ਹਾਂ। ਇਹ ਕਿਹੜਾ ਇਲਾਜ ਹੈ? ਕੀ ਦਿਮਾਗ ਦਾ ਇਲਾਜ ਹੋ ਰਿਹਾ ਕਿ ਕੀ ਹੋ ਰਿਹਾ ਹੈ? ਦਿਮਾਗ ਦਾ ਇਲਾਜ ਮੈਡਮ ਜੀ, ਮੇਰੀ ਜਾਨ ਛੱਡ ਦਿਓ, ਮੈਂ ਬਿਲਕੁਲ ਠੀਕ ਹਾਂ। ਇਹ ਵੇਖ ਲਓ, ਇਹ ਪਾਗਲ ਤਾਂ ਕਹਿ ਰਹੀ ਹੈ ਨਾ। ਕੋਈ ਗੱਲ, ਅੱਛਾ ਉਲਟਾ ਸਾਨੂੰ ਪਾਗਲ ਸਮਝੀ ਜਾਣ ਡਿਆ। ਭਾਈ ਜਾਨ, ਤੁਸੀਂ ਵੀ ਪਾਗਲ ਹੋ, ਅੱਧੇ ਪਾਗਲ ਹੋ ਗਏ। ਹਾਂ, ਤੁਸੀਂ ਦੋਵੇਂ ਤੇ ਬਹੁਤ ਜੀਨੀਅਸ ਹੋ, ਤੁਸੀਂ ਤੇ ਮਨਾਰੇ ਪਾਕਿਸਤਾਨ ਖੜਾ ਕੀਤਾ ਦੋਵਾਂ ਜਣਿਆਂ ਨੇ। ਅਸੀਂ ਤੇ ਤੁਹਾਡਾ ਇਲਾਜ ਕਰ ਜੀ। ਜਾਓ ਤੁਸੀਂ ਜਾ ਕੇ ਦਵਾਈ ਬਣਾਓ ਡਾਕਟਰ ਜੀ। ਮੈਡਮ ਹੈ ਨਾ? ਹਾਂਜੀ ਹਾਂਜੀ, ਚਲੋ ਕੋਈ ਆਰਡਰ ਡਾਕਟਰ ਸਾਹਿਬ, ਉਹ ਜਿਹੜੀ ਪਹਿਲੀ ਖੁਰਾਕ ਤੁਸੀਂ ਦਿੱਤੀ ਹੈ ਨਾ, ਹਾਂ, ਮੈਨੂੰ ਸ਼ਿਫਾ ਹੋਈ ਉਹਦੇ ਨਾਲ, ਫਿਰ ਦੂਜੀ ਵੀ ਦੇ ਦਿਓ। ਨਹੀਂ, ਉਹਦੇ ਨਾਲ ਕੁਝ ਨਹੀਂ ਬਣਨਾ, ਹੁਣ ਤੈਨੂੰ ਟੀਕਾ ਲੱਗਣਾ। ਆਰਾਮ ਨਾਲ ਬੋਲਣਾ, ਤੁਹਾਡੀ ਜ਼ਬਾਨ ਲੜ ਖੜਾਏਗੀ ਜੀ। ਚਲੇ ਮੈਡਮ, ਇਹ ਬਈ ਇਹ ਮੈਡੀਕਲ ਸਟੋਰ ਤੇ ਜਾ ਕੇ ਨਾ ਮੇਰਾ ਪੁੱਤਰ, ਹਾਂ, ਇਹ ਕੁਸਤਰਾ ਲੈ ਕੇ ਆ।
ਨਹੀਂ ਕੀ ਕਰਨਾ ਮੈਨੂੰ ਤੇ ਸਮਝ ਨਹੀਂ ਆ ਰਹੀ ਕਿ ਇਹ ਘਰ ਤੇਰਾ ਹੈ ਜਾਂ ਮੇਰਾ ਹੈ ਤੇਰਾ ਹੈ ਮੇਰਾ ਨਾ ਤੇ ਚੱਲ ਨਿਕਲ ਇੱਥੋਂ ਬਾਅਦ ਜ਼ਾਹਿਰ ਹੈ ਕਿ ਕਿਹਾ ਕਿ ਮੈਂ ਕਿਹਾ ਵੈਸੇ ਜਿਸ ਤਰ੍ਹਾਂ ਔਰਤਾਂ ਦਾ ਘਰ ਨੇ ਮੈਂ ਤੇ ਉਸ ਤਰ੍ਹਾਂ ਕਿਹਾ ਬਸ ਕਰਦੇ ਮੈਂ ਤੇਰੀ ਕੁਝ ਨਹੀਂ ਲੱਗਦੀ ਖੁਦਾ ਦਾ ਵਾਸਤਾ ਯਾਦ ਕਰ ਮੈਂ ਘੋੜੀ ਤੇ ਬੈਠ ਕੇ ਆਇਆ ਸਾਂ ਤੇਰੇ ਘਰ ਮੈਂ ਤੈਨੂੰ ਅੱਜ ਤੱਕ ਘੋੜੀ ਤੇ ਬੈਠੇ ਵੇਖਿਆ ਹੀ ਨਹੀਂ ਤੇ ਜਿਹੜੇ ਮੇਰੇ ਪੈਸੇ ਲੱਗੇ ਨੇ ਸਲਾਮੀਆਂ ਪਈਆਂ ਨੇ ਕਿਹੜੇ ਪੈਸੇ ਕਿਹੜੀਆਂ ਸਲਾਮੀਆਂ ਇਹ ਸਟੋਰੀ ਬੰਦ ਕਰ ਦੇ ਇਹ ਸਟੋਰੀ ਨਹੀਂ ਡਾਲਿੰਗ ਇਹ ਹਕੀਕਤ ਹੈ ਮੈਂ ਕਹਿੰਦੀ ਅੱਜ ਕੱਲ ਤੂੰ ਨਾ ਫਿਲਮਾਂ 'ਚ ਸਟੋਰੀਆਂ ਲਿਖਿਆ ਕਰ ਬਹੁਤ ਅੱਛੀ ਵੈਸੇ ਤੇਰੇ ਕੋਲ ਕੋਈ ਗਵਾਹ ਹੈ ਗਵਾਹ ਸਾਰਾ ਜ਼ਮਾਨਾ ਗਵਾਹ ਮੈਂ ਸਾਰੇ ਬਰਾਤੀ ਇਕੱਠੇ ਕਰਾਂ ਮੈਂ ਮੰਨ ਲਾਂਗੀ ਮੈਂ ਦੱਸ ਬੇਟਾ ਮੈਂ ਮੀਟਿੰਗ ਤੋਂ ਆ ਰਿਹਾ ਤੇਰੀ ਹੋਣ ਵਾਲੀ ਮਾਂ ਨੇ ਉਹ ਫੈਂਟੀ ਲਵਾਈ ਇੱਥੋਂ ਬਾਹਰ ਨਿਕਲੀਏ ਅੱਛਾ ਉਹਦੇ ਮੈਂ ਪਿੱਛੇ ਪਿੱਛੇ ਗਿਆ ਇੱਕ ਚੌਕ ਦੇ ਵਿੱਚ ਬੱਸ ਖਲੋਤੀ ਸੀ ਨਾਲ ਹੀ ਖਲੋਤੀ ਸੀ ਮੈਂ ਕਿਹਾ ਚੱਲ ਜਵਾਨਾ ਟੱਚ ਕਰ ਮੈਂ ਟੱਚ ਕੀਤਾ ਉਹਨੇ ਆਵਾਜ਼ ਦਿੱਤੀ ਹੈ ਬੱਸ 'ਚੋਂ 8-9 ਡਸਕਰੇ ਨਿਕਲੇ ਨੇ ਉਹਨਾਂ ਨੇ ਮੇਰਾ ਮੂੰਹ ਫੜ ਕੇ ਬੱਸ ਦੇ ਸਲੰਸਰ ਦੇ ਅੱਗੇ ਰੱਖਿਆ ਅੱਛਾ ਨਾਲ ਕਹਿੰਦਾ ਉਸਤਾਦ ਜੀ ਰੇਸਾਂ ਦਿਓ ਪਰ ਰੰਗ ਤੇ ਨਹੀਂ ਬਦਲਿਆ ਸੜ ਗਿਆ ਬਸ ਉਸ ਤੋਂ ਬਾਅਦ ਹਨੇਰੇ ਵਾਲੇ ਕਮਰੇ 'ਚ ਅੱਛਾ ਉੱਥੇ ਇੱਕ ਅੰਨਾ ਕੱਟਾ ਬੰਨਿਆ ਆਇਆ ਸੀ ਐਡੀ ਉਹਦੀ ਜ਼ੁਬਾਨ ਸੀ ਹਾਲੀ ਮੈਂ ਤੈਨੂੰ ਚੁੜਾਈ ਨਹੀਂ ਦੱਸੀ ਤੇਰੇ ਆਨੇ ਬਾਹਰ ਆ ਜਾਣ ਉੱਤੋਂ ਜ਼ੁਬਾਨ ਸ਼ੀਰੇ ਨਾਲ ਸ਼ਰਾਬੂਰ ਹੋਈ ਹੋਈ ਸੀ ਭਾਵੇਂ ਸ਼ੜਪ 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 ਸਾਰਾ ਪਿੱਛਾ ਮੇਰਾ ਲੇਸੋ ਲੇਸ ਕਰ ਦਿੱਤਾ ਉਹਨੇ ਹਾਏ ਅਵੇ ਪੁੱਤਰ ਕੋਈ ਇੱਟ ਹੈ ਤਾਂ ਮੈਨੂੰ ਗਰਮ ਕਰਕੇ ਦਿਓ ਪਰ ਅਸੀਂ ਓਏ ਕੀ ਸਾਹਿਬ ਜੀ ਆ ਬਾਜੀ ਨੂੰ ਅੰਦਰ ਲੱਗ ਜਾ ਤੇ ਮਿੱਟੀ ਦਾ ਤੇਲ ਨਾ ਪਿੱਛੋਂ ਦੋ ਇਹ ਵੀ ਨਾਲ ਕਹਿ ਦੇ ਮਾਚਸ ਦੀ ਤੀਲੀ ਵੀ ਪਿੱਛੇ ਬਾਲ ਲਈ ਹੈ ਅੱਗੇ ਦੇ ਪਿੱਛੇ ਦੇ ਸੁਣ ਦਿੱਤੀ ਹੋ ਜਾਏ ਸਮਾ ਸਮਾ ਸਾਹਿਬ ਮੈਂ ਤੇ ਇਹਨਾਂ ਚੀਜ਼ਾਂ ਤੋਂ ਤੰਗ ਹੈ ਕਿ ਸਭਾ ਤੁਹਾਡੀ ਤਿਆਰ ਤੁਹਾਡੀ ਤਿਆਰ ਹੋ ਗਈ ਹੈ ਉਹਦੇ ਵਿੱਚ ਮੈਂ ਥੋੜਿਆਂ ਦੀ ਲੇਸ ਪਾਈ ਨਾ ਥੋੜਿਆਂ ਦੀ ਕੀ ਬਕਵਾਸ ਹੈ ਮੈਂ ਕੀ ਕਰਾਉਣਾ ਮੈਂ ਪਿੰਡੀਆਂ ਦੀ ਲੇਸ ਕਿਤੇ ਤੇਰਾ ਆਪਾ ਲੈ ਕੇ ਆਇਆ ਮੈਂ ਥੋੜਾ ਲੈ ਕੇ ਆਇਆ ਇਹਨਾਂ ਨੂੰ ਮੈਨੂੰ ਨਹੀਂ ਇਹੋ ਜਿਹੀ ਡਾਕਟਰ ਚਾਹੀਦੀ ਮੈਂ ਠੀਕ ਹਾਂ ਤੁਹਾਡਾ ਜਿਸਮ ਕੱਚਾ ਹੈ ਤੁਸੀਂ ਜ਼ਿਆਦਾ ਨਾ ਬੋਲੋ ਨਹੀਂ ਅੱਲਾ ਤੇਰਾ ਵੀ ਕੱਚਾ ਹੋਵੇ ਹੁਣ ਕੱਚਾ ਜਿਸਮ ਹੈ ਮੈਂ ਲੈਂਟਰ ਪਵਾ ਦਿਆਂ ਉਹਦੇ 'ਚ ਹਾਂ ਸੀਮੈਂਟ ਪਵਾ ਦਿਆਂ ਉਹਦੇ ਜਿਸਮ 'ਚ ਮੈਂ ਤੁਸੀਂ ਬਿਲਕੁਲ ਹਾਈਪਰ ਨਾ ਹੋ ਤੁਹਾਡਾ ਕਸੂਰ ਨਹੀਂ ਦਾ ਅੱਛਾ ਹਾਈਪਰ ਸੀ ਕਦੋਂ ਹੋ ਜਾਂਦਾ ਸੀ ਤੁਸੀਂ ਆ ਜਾਓ ਤੁਸੀਂ ਚੱਲ ਮੈਡਮ ਤੁਸੀਂ ਆ ਜਾਓ ਮੈਡਮ ਆ ਜਾਓ ਫਿਲਮ ਦੇ ਵਿੱਚ ਗੰਦਾ ਸੀਨ ਆ ਗਿਆ ਸੱਚੀ ਬਲਾਨ ਤੇਰੀ ਜ਼ਿੰਦਗੀ ਦੇ ਬਗੈਰ ਤਾਂ ਐਂਟਰਟੇਨਮੈਂਟ ਤੇ ਲਾਣਤ ਬਗੈਰ ਤੋਂ ਮੈਂ ਤਾਂ ਆ ਗਈ ਮੈਂ ਇਸ਼ਤਿਹਾਰ ਦਿੱਤਾ ਇੱਕ ਵਾਰ ਕਿਸ ਗੱਲ ਦਾ ਸ਼ਾਦੀ ਲਈ ਮੈਨੂੰ ਇੱਕ ਨੌਜਵਾਨ ਖੂਬਰੂ ਹੈਂਡਸਮ ਮੁੰਡਾ ਚਾਹੀਦਾ ਸ਼ਾਦੀ ਲਈ ਤੇਰਾ ਦਿਮਾਗ ਠੀਕ ਹੈ ਤੇਰਾ ਠੀਕ ਹੈ ਨਾ ਸ਼ਾਦੀ ਸ਼ੁਦਾ ਔਰਤ ਹੋ ਕੇ ਇਸ਼ਤਿਹਾਰ ਦੇ ਨਹੀਂ ਸ਼ਾਦੀ ਦਾ ਮੈਂ ਸ਼ਾਦੀ ਸ਼ੁਦਾ ਨਹੀਂ ਹਾਂ ਮੈਂ ਇਸ ਲਈ ਸ਼ਾਦੀ ਕਰਨਾ ਚਾਹ ਰਹੀ ਹਾਂ ਬਸ ਕਰ ਦੇ ਮੈਂ ਹੁਣ ਸ਼ਾਦੀ ਕਰਨੀ ਚਲੋ ਜਦੋਂ ਤੱਕ ਤੇਰਾ ਇਲਾਜ ਨਹੀਂ ਹੁੰਦਾ ਤੂੰ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰੇਗੀ ਮੈਂ ਸ਼ਾਦੀ ਕਰ ਰਹੀ ਹਾਂ ਬਸ ਮੈਂ ਇਸ਼ਤਿਹਾਰ ਦਿੱਤਾ ਠੀਕ ਹੈ ਫੇ ਮੇਰੇ ਕੋਲ ਵੀ ਹੱਕ ਆ ਸੱਲੇ ਕੀ ਮੈਂ ਵੀ ਇਸ਼ਤਿਹਾਰ ਦਿਆਂਗਾ ਮੈਂ ਵੀ ਸ਼ਾਦੀ ਕਰਾਂਗਾ ਤੂੰ ਕਰ ਕਿਹਨੇ ਰੋਕਿਆ ਮੈਂ ਤਾਂ ਦੱਸਾਂਗਾ ਤੂੰ ਕਰ ਸ਼ਾਦੀ ਮੈਨੂੰ ਇਹਦੇ ਨਾਲ ਕੀ ਜ਼ਾਲਿਮਾ ਮੇਰੀ ਜਾਨ ਜਲੇ ਦਿਲਬਰ ਜਾਨੀਆ ਮੇਰੀ ਜਾਨ ਜਲੇ ਬੜੀ ਤਿਆਰ ਹੋਈ ਲੱਛੇ ਪਾ ਕੇ ਤੈਨੂੰ ਬੜੀ ਤਮੀਜ਼ ਹੈ ਕਿਹੜੇ ਕੰਮ ਆਈ ਤੂੰ ਇੱਥੇ ਮੈਂ ਤੇ ਆਪਣੇ ਕੰਮ ਆਇਆ ਮੈਂ ਵੀ ਆਪਣੇ ਕੰਮ ਆਈ ਆ ਮੈਂ ਤੇ ਰਿਸ਼ਤੇ ਲਈ ਆਇਆ ਮੈਂ ਵੀ ਅਖਬਾਰ ਚ ਇਸ਼ਤਿਹਾਰ ਪੜਿਆ ਉਹਨਾਂ ਨੂੰ ਕਿਸੇ ਖੂਬਸੂਰਤ ਲੜਕੀ ਦੀ ਖੁਆਇਸ਼ ਸੀ ਹੈ ਉਹ
ਉਹਨੇ ਤੈਨੂੰ ਨਹੀਂ ਕਿਹਾ, ਉਹਨੂੰ ਕਿਸੇ ਨੇ ਪਿੱਛੇ ਠੰਡਾ ਹੱਥ ਲਾਇਆ। ਹੁਣ ਠੰਡਾ ਹੱਥ ਬਾਜ ਲੱਗੇਗਾ ਪਿੱਛੋਂ, ਤੇ ਉਹ ਵੀ ਠੰਡਾ ਜ਼ਿਆਦਾ, ਫਿਰ ਤਾਂ ਬੰਦਾ ਕਰੇਗਾ ਉਹ ਤੇਰੀ ਭੈਣ ਨੂੰ। ਮੈਨੂੰ ਕਿਸੇ ਬੰਦੇ ਨੇ ਦੱਸਿਆ ਆਂਦਾ ਇਧਰ ਖੈਬਰ ਪਖਤੂਖਾ ਲੈ। ਬਦਤਮੀਜ਼ੀ ਨਹੀਂ ਕਰਨੀ ਆਈ ਸਮਝ? ਬਦਤਮੀਜ਼ੀ ਨਹੀਂ ਕਰਨੀ, ਮੈਂ ਤੇ ਆਪਣੇ ਰਿਸ਼ਤੇ ਲਈ ਆਇਆ। ਮੈਂ ਵੀ ਆਪਣੇ ਰਿਸ਼ਤੇ ਲਈ ਆਈ ਆ, ਪਿੱਛੇ ਆ ਕੇ ਖਲੋ। ਇਹ ਉਹਨਾਂ ਨੇ ਕੁੜੀ ਮੰਗਾ ਲਈ ਰਿਸ਼ਤੇ ਲਈ, ਬੰਦਾ ਵੀ ਕਿਸੇ ਆਂਟੀ ਦਾ ਘਰ ਹੈ। ਹੈ ਕੀ ਮਤਲਬ ਕੁੜੀ ਬੁਲਾ ਲਈ? ਸਾਡਾ ਤੇ ਇੱਥੇ ਪਿਆਰ ਇਸ ਤੇ ਉਹਦੇ ਪਿੱਛੇ ਆਇਆ। ਮੈਂ ਤੇ ਆਪਣੀ ਜਾਨਾਂ ਵਾਸਤੇ ਆਈ ਆ, ਮੈਂ ਤੇ ਤੇਰੇ ਵਾਸਤੇ। ਦੱਸ ਤਰਗੇ ਜਾਦੂਗਰੀ ਦੀ ਨਾਮੀ ਨਾਲੇ ਬਨੇਗਾ, ਅਖਬਾਰ ਇਸ਼ਤਿਹਾਰ ਪੜਿਆ ਤੇ ਉਹਨਾਂ ਨੂੰ ਰਿਸ਼ਤਾ ਚਾਹੀਦਾ, ਉਸੇ ਸਿਲਸਿਲੇ ਚ ਹਾਜ਼ਰ ਹੋਏ ਆ, ਲਿਆਓ। ਆਉਂਦਿਆਂ ਪਹਿਲੇ ਤਾਰਫ ਸੁਣੀ ਦਾ, ਕੌਣ ਕੀ ਹੈ ਤੇ ਮੈਨੂੰ ਜਾਣਦਾ ਨਹੀਂ। ਆਂਦੇ ਬੱਚੀ ਲੈ ਆਓ, ਬੱਚੀ ਲੈ, ਜਾਣਨਾ ਮੈਂ ਕੌਣ? ਮਾਫੀ ਚਾਹੁੰਦਾ ਜੀ, ਲਿਆਓ। ਉਹ ਤੇਰੀ ਤਬੀਅਤ ਸਹੀ ਹੈ, ਤੇਰਾ ਦਿਮਾਗ ਸਹੀ ਹੈ? ਹੈ ਆਂਦੇ ਬੱਚੀ ਲੈ ਆਓ, ਬੱਚੀ ਲੈ, ਹੋਟਲ ਲੱਗਾ ਮੈਂ। ਅੱਛਾ ਗੁੱਸਾ ਹੀ ਕਰ ਲਿਆ ਕਿ ਜਿਵੇਂ ਲਿਆਉਣੀ ਨਹੀਂ, ਲਿਆਓ। ਓਏ ਓਏ, ਪੂਰੀ ਚੀਜ਼ ਨੂੰ ਸਜੀ ਸਮਝ ਕੇ ਖਾਣਾ ਲਿਆ। ਹਾਂਜੀ, ਤੈਨੂੰ ਪਤਾ ਨਹੀਂ ਲੱਗ ਰਿਹਾ ਤੇ ਤੂੰ ਕਹਿਣ ਕਿਨੂੰ ਡੇ ਤੇ ਕੀ ਕਹਿ ਰਹੇ? ਦੇਖੋ, ਆਪਣਾ ਤਾਰਫ ਕਰਾਓਗੇ ਤੇ ਮੈਂ ਐਸੀ ਗੱਲ ਨਹੀਂ ਕਰਾਂਗਾ। ਬੱਚੀ ਲੈ, ਪਤਾ ਮੈਂ ਕੌਣ? ਕੌਣ ਭਾਈ? ਨੌਕਰ ਹਾਂ। ਅੱਛਾ, ਇਸ ਗੱਲ ਦੇ ਤੇ ਪਹਿਲੇ ਦੱਸ, ਮੈਂ ਤੈਨੂੰ ਲਿਆ ਭਾਈ? ਨਾ ਤੇਰੀ ਧੀ ਹੈ ਨਾ ਤੇਰੀ ਭੈਣ, ਤੇ ਲਿਆ ਤੂੰ, ਤੇਰਾ ਕੋਈ ਗੱਲ ਤੇ ਲੱਗੇ? ਓਏ ਮੇਰੀ ਗੱਲ ਸੁਣ ਲਓ, ਆਏ ਕਿੱਧਰ ਹੋ ਦੋਵੇਂ ਤੁਸੀਂ? ਮੇਰਾ ਵੀ ਇਹਨੂੰ ਤਾਰਫ ਕਰਵਾ। ਤੇਰਾ ਤਾਰਫ ਕਰਾਈ, ਤੇਰੀ ਲੱਸੀ ਮਸ਼ਹੂਰ ਹੈ। ਮੈਨੂੰ ਜ਼ਰਾ ਰਿਸ਼ਤਾ ਵਿਖਾ ਦਿਓ ਪਹਿਲੇ, ਕਿਉਂਕਿ ਜਲਦੀ ਇਹ ਪਿੰਡ ਬੜਾ ਦੂਰ ਹੈ ਆਪਣਾ। ਹੈ ਅੱਛਾ, ਤੁਸੀਂ ਮਹਿਮਾਨ ਆਏ ਇਸ ਘਰ ਚ? ਪਹਿਲੇ ਦੱਸੋ ਨਾ, ਮੈਂ ਤੁਹਾਡੀ ਇੱਜ਼ਤ ਕਰਾਂ? ਆਓ ਮਹਿਮਾਨ ਖਾਨੇ ਚ ਬੈਠੋ। ਕਮਰੇ ਕਿੰਨੇ? ਤੂੰ ਮਰਦਮਸ਼ੁਮਾਰੀ ਕਰਨ ਆਈ ਇੱਥੇ? ਕਮਰੇ ਕਿੰਨੇ? ਓਏ ਮੈਨੂੰ ਬਦਤਮੀਜ਼ੀ ਨਹੀਂ ਕਰਨੀ, ਇੰਨੇ ਦੱਸ ਕਮਰੇ ਕਿੰਨੇ ਨੇ? ਉਹ ਕਮਰੇ ਕਾਹਨੂੰ ਪੁੱਛਣ ਡਈ ਹੈ ਤੂੰ ਬੀਬੀ? ਇਹ ਕਮਰਾ ਨਾ, ਇਹੋ ਹੀ ਕਮਰਾ ਹੈ। ਇੱਕੋ ਕਮਰਾ? ਨਹੀਂ ਨਹੀਂ, ਮੈਂ ਇਹਨਾਂ ਨਾਲ ਇੱਕ ਕਮਰੇ ਚ। ਦੇਖੋ, ਮੈਨੇਜ ਕਰੀ ਦਾ ਹੁੰਦਾ, ਬਾਕੀ ਕਮਰੇ ਉਹਨਾਂ ਦੇ ਲੱਗੇ ਹੋਏ ਨੇ। ਉਹ ਤਾਂ ਫੈਮਿਲੀ ਸਾਰੀ ਇੱਥੇ ਹੀ। ਹਾਂ ਸਹੀ ਹੈ, ਪਾਗਲ ਨਹੀਂ ਗਲੀ ਲਾਉਂਦਾ। ਨਹੀਂ ਨਹੀਂ, ਆਪਣਾ ਮੈਂ ਰਿਸ਼ਤਾ ਕਰਾ ਰਿਹਾ ਸੀ, ਨਿਕਲ ਜਾਣਾ। ਮੈਂ ਜਿਸ ਕਮਰੇ ਚ ਤੇਰਾ ਸਿਰ ਸੁਰ ਪਾੜ ਦਿੱਤਾ ਤੇ ਮੈਨੂੰ ਨਹੀਂ ਕਹਿਣਾ? ਅੱਛਾ, ਮੇਰੀ ਗੱਲ ਸੁਣੋ, ਲੜਾਈ ਵਾਲੀ ਕੋਈ ਗੱਲ ਨਹੀਂ, ਮੈਨੇਜ ਕਰ ਲੈਂਦੇ ਆ, ਜਿਵੇਂ ਤੁਸੀਂ ਆਖਦੇ ਹੋ ਕੌਣ ਕਰ ਲੈ। ਕਿਆਮਤ ਦੀ ਨਿਸ਼ਾਨੀਆਂ, ਧੀ ਪਿਓ ਨਾਲ ਨਹੀਂ ਰਹਿ ਰਹੀ, ਵੇਖੋ ਤੇ ਸਹੀ। ਤੇਰੇ ਨਾਲ ਨਹੀਂ ਰਹਿ ਰਹੀ? ਮੇਰੇ ਨਾਲ ਕਹਿ ਰਿਹਾ, ਮੇਰੀ ਕਿਹੜੀ ਧੀ ਹੈ? ਫਿਰ ਮੈਂ ਇੱਕ ਸ਼ਰਤ ਤੇ ਤੇਰੇ ਨਾਲ ਅੰਦਰ ਜਾਵਾਂਗੀ। ਦੱਸੋ ਜੀ, ਤੂੰ ਬੈਠ ਤੇ ਪੈਣਾ, ਮੈਂ ਥੱਲੇ ਪੈਣਾ। ਅੱਛਾ, ਆ ਜਾ, ਮੈਂ ਬੈਠ ਕੇ ਬਹਿਣਾ ਤੇ ਤੂੰ ਥੱਲੇ ਬਹਿਣਾ, ਤੇ ਮੈਂ ਤੇਰੀ ਲੱਤਾਂ ਨੂੰ ਬਹਿਣਾ। ਨਹੀਂ ਨਹੀਂ, ਤੂੰ ਜ਼ਰਾ ਦੂਰ ਕਰਕੇ ਬਹਿਣਾ। ਮੈਂ ਬੈਠ ਕੇ ਬਹਿਣਾ, ਤੂੰ ਥੱਲੇ ਜ਼ਮੀਨ ਤੇ ਬਹਿਣਾ। ਅੱਛਾ, ਮੈਂ ਥੱਲੇ ਬਹਿਣਾ? ਤੂੰ ਥੱਲੇ ਬਹਿਣਾ ਭਾਈ? ਜੋ ਮਜ਼ਾ ਥੱਲੇ ਦਾ ਹੀ ਨਾ ਬੈਠਦਾ ਹੈ। ਮੈਂ ਤੇਰੇ ਨਾਲ ਅੰਦਰ ਜਾਣੀ ਹੈ ਤੇ ਕੋਈ ਬਾਤ ਵੀ ਨਹੀਂ ਕੀਤੀ। ਮੈਂ ਰੋਲਾ ਨਾ ਪਾਉਂਦਾ ਸਾਰੇ ਘਰ ਦੇ।
ਦਿਮਾਗ ਠੀਕ ਹੈ ਤੇ ਤੂੰ ਇਹਦੇ ਨਾਲ ਕਰੇਂਗੀ ਕੀ ਹੋਇਆ ਇਹਦੇ ਨਾਲ ਸ਼ਾਦੀ ਕਰ ਲੈ ਸਾਲ ਬਾਅਦ ਬੱਚਾ ਨਹੀਂ ਵੀ ਹੋਏਗਾ ਤੇ ਇਹਨੂੰ ਚੁੱਕ ਲਈ ਓਏ ਕੀ ਕਰਨ ਆਇਆ ਇੱਥੇ ਇਹ ਤੇਰੇ ਵਾਸਤੇ ਆਫਰ ਹੈ ਕੀ ਬਾਏ 1 ਗੈਟ 1 ਫ੍ਰੀ ਏ ਹਾਂ ਮੈਂ ਔਰਤਾਂ ਨੂੰ ਮੋਹ ਨਹੀਂ ਲਾਂਦਾ
ਤੁਹਾਡਾ ਪਹੁੰਚਦਾ ਹੀ ਨਹੀਂ। ਸਮਝ ਆਈ? ਖੁਸ਼ੀ ਨਾਲ ਲੱਤਾਂ ਫੁੱਲ ਗਈਆਂ ਕੱਪੜੇ ਧੋਵਾਂਗਾ, ਬੱਚਿਆਂ ਦੇ ਪੈਂਪਰ ਬਦਲਾਂਗਾ। ਅਗਰ ਦੁੱਧ ਨੂੰ ਉਬਾਲਾ ਆ ਗਿਆ ਤੇ ਉਹਨੂੰ ਅੱਛਾ ਗੰਦਾ ਨਹੀਂ ਕਰਨਾ, ਤਰੀਕੇ ਨਾਲ ਕਹਿੰਦੇ ਸੇਡ ਮਾਰਨੀ ਹੈ, ਮੈਂ ਨਿਕਲੇ ਤੋਂ ਬਾਅਦ ਉਹਨੂੰ ਠੰਡਿਆ ਕਰ ਦੇਗਾ। ਜਰ ਲਿਆ ਕਰ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, 250-300 ਲੱਭੇ ਤੇ ਫੜ ਲਿਆ ਕਰ। ਮੈਨੂੰ ਕਿਹਾ ਜੀ ਪਤਾ ਲੱਗਾ ਡਿਸਪੋਜ਼ੇਬਲ ਕੰਜਰ ਵੀ ਹੁੰਦੇ ਨੇ। ਮੈਂ ਕਿਹਾ ਜੰਗ ਲੱਗਣ ਵਾਲੀ ਹੈ, ਇਹੋ ਜਿਹਾ ਵੀ ਨਹੀਂ ਲੱਭਣੇ ਫਿਰ। ਹੋ ਜਾਂਦਾ ਇਸ ਨਾਲ ਮਤਲਬ ਇਸ਼ਤਿਹਾਰ ਦਿੱਤਾ। ਅਬ ਦੇਖਣਾ ਜੋ ਮੇਰੇ ਵਾਲੀ ਹੋਗੀ, ਹਾਂ, ਤੁਹਾਰੇ ਜਲਨ ਖਤਮ ਨਹੀਂ ਹੋਗੀ। ਓ ਮਾਈ ਗੋਡ, ਦੇਖ ਮੈਂ ਅਖਬਾਰ ਪੜ੍ਹ ਲਈ ਅੱਛਾ ਤੇਰੀ ਤੇ ਪਹਿਲੇ ਇਸ਼ਤਿਹਾਰ ਨਹੀਂ ਸੀ ਦੇਣਾ ਮੇਰੀ ਭੈਣ ਨੇ ਪਹਿਲੀ ਗੱਲ ਤੇ ਅੱਛਾ ਜ਼ਿਹਨ ਚ ਰੱਖ ਅੱਛਾ ਇਸ਼ਤਿਹਾਰ ਦਿੱਤਾ ਉਹਨੇ ਅੱਛਾ ਜੀ ਇਹ ਤੁਹਾਡੀ ਭੈਣ ਨਹੀਂ ਨਹੀਂ ਤੇ ਤੁਸੀਂ ਕੀ ਦਿਆਨ ਕਲਿੰਡਰ ਹੋ ਤੁਸੀਂ ਕੀ ਇਸ ਘਰ ਦੇ ਵਿੱਚ ਕੌਣ ਹੈ ਕੌਣ ਹੈ ਮੁਸਲਮਾਨ ਹੈ ਮੈਂ ਤੂੰ ਕੋਈ ਕਸਮ ਨਹੀਂ ਚੁਕਵਾਣੀ ਸੁਣੀਏ ਤੁਹਾਡੀ ਲੱਗਦੀ ਕੀ ਹੈ ਮੇਰੇ ਤੇ ਨੇੜੇ ਨਹੀਂ ਲੱਗਦੀ ਇੱਕ ਮਿੰਟ ਪਹਿਲਾਂ ਬਾਈ ਨਾਲ ਮੈਂ ਨਿਬੜ ਲਵਾਂ ਬੀਵੀ ਹੈ ਮੇਰੀ ਹੈ ਹਾਂ ਓਏ ਬੀਵੀ ਦਾ ਇਸ਼ਤਿਹਾਰ ਦਿੱਤੇ ਤੇ ਥੱਲੇ ਬ੍ਰੈਕਟ ਚ ਲਿਖੋ ਤੇ ਸਹੀ ਬੀਵੀ ਵੀ ਹੈ ਵਾਹ ਯਾਰ ਉਹਨੇ ਆਪ ਦਿੱਤਾ ਆਪਣੀ ਮਰਜ਼ੀ ਨਾਲ ਦਿਮਾਗੀ ਤਵਾਜ਼ਨ ਠੀਕ ਨਹੀਂ ਉਹਦਾ ਅੱਛਾ ਤੁਹਾਡੀ ਅੱਛਾ ਇਹ ਕਹਿ ਰਿਹਾ ਬੀਵੀ ਹੈ ਨਹੀਂ ਨਹੀਂ ਦੇਖੋ ਤੇ ਉਹ ਮੈਂ ਡਰ ਗਿਆ ਸੀ ਮੈਂ ਕਿ ਕਿਧਰੇ ਮਾਰ ਰਿਹਾ ਬੀਵੀ ਤਾਂ ਨਹੀਂ ਨਾ ਗੱਡੀ ਹੈ ਬੀਵੀ ਤਾਂ ਨਹੀਂ ਨਾ ਨਹੀਂ ਜੀ ਮੈਂ ਵੀ ਸੋਚੀ ਪੈ ਗਿਆ ਸਾਨੂੰ ਕਿਧਰੇ ਚੱਲੀਆਂ ਮਸ਼ੀਨਾਂ ਤਾਂ ਨਹੀਂ ਦੇਣ ਲੱਗ ਉਹ ਭਾਈ ਤੇਰਾ ਕੋਈ ਤਲਕ ਹੈ ਭਾਈ ਜੋ ਮੈਂ ਸੀ ਸੋਚੇ ਨਾ ਤੁਹਾਡਾ ਸਕੈਚ ਦੇਖੋ ਜੀ ਇਹ ਵੇਖ ਕਿੱਡੇ ਬਰੀਕ ਹੋਣ ਹਾਂ ਇਹ ਮੋਟੀਆਂ ਮੋਟੀਆਂ ਅੱਖਾਂ ਅੱਲਾ ਨੇ ਫਵਾਦ ਖਾਈ ਦੇ ਅੱਲਾ ਨੇ ਫਵਾਦ ਖਾਈ ਦੇ ਤਾਈ ਹੈ ਉਸ ਤੋਂ ਸੋਹਣਾ ਵਾਈਟ ਕੰਪਲੈਕਸ਼ਨ ਓਏ ਵੇਖ ਤੇ ਸਹੀ ਓਏ ਰਾਈਟਰ ਵੇਖ ਤੇ ਸਹੀ ਵੇਖ ਤੇ ਸਹੀ ਕੀ ਕੀ ਲਾਈਨਾਂ ਲਿਖੀਆਂ ਨੇ ਉਹਨੇ ਲਾਈਨਾਂ ਮਾਰ ਦੇਣੀਆਂ ਨੋ ਮਾਰ ਮਾਰ ਕੇ ਭਾਈ ਮੇਰਾ ਤਾਂ ਦਿਲ ਕਰਦਾ ਹੈ
ਲੰਦਿਆ ਬੱਚਿਆ। ਅੱਛਾ ਮੈਨੂੰ ਲੱਗਦਾ ਇਹਦਾ ਕੋਈ ਰਿਸ਼ਤਾ ਅੰਦਰੂਨੀ ਹੈ। ਮੇਰਾ ਸ਼ੁਕਰੀਆ ਅਦਾ ਕਰ, ਤੇ ਕੱਪੜੇ ਬਦਲਵਾਏ ਤੇ। ਆਪਣਾ ਕੰਮ ਕਰ, ਮੇਰੇ ਕਿਥੋਂ ਭੈਣ ਹੈ? ਇੱਕ ਦੇ ਆਈਏ ਤੇ ਇੱਕ ਲੈ ਆਈਏ। ਵੱਟੇ ਸੱਟੇ ਨਹੀਂ, ਸਿਰਫ ਸੱਟੇ ਵੱਟੇ ਸ਼ਕਲ ਵੀ ਮਿਲਦੀ ਪਈ ਹੈ। ਆਪ ਕਿਤਨੇ ਸਵੀਟ ਹੋ। ਅਭੀ ਤੋ ਚੀਨੀ ਕਮ ਡਾਲੀ ਹੈ ਜਾਨ। ਹਾਂ ਜੀ ਭਾਈ, ਮਜ਼ੇ ਆ ਗਏ ਨੇ। ਇਧਰ ਕਿਉਂ ਨਹੀਂ ਆ ਰਹੇ? ਨਸੀਬਾਂ ਦੀ ਗੱਲ ਹੈ। ਇਧਰ ਉਹ ਮੈਂ ਤੇਰੇ ਸਦਕੇ ਜਾਵਾ ਓਏ। ਹਾਏ ਉਹ ਲੈ ਦੇ ਗਈ ਓਏ। ਹਾਏ ਇਧੇ ਆਏ ਆਏ ਓ ਟਾਈਟੈਨਿਕ ਓਏ। ਇਹ ਟਾਈਟੈਨਿਕ ਓਏ, ਇਹ ਤਾਂ ਲੱਗਦਾ ਬਰਫੜਾ ਰੇੜਾ ਜਾ ਰਿਹਾ ਓਏ। ਪੁੱਤਰ ਓਏ ਟਾਈਟੈਨਿਕ ਇਹ ਉਹ ਢਾਈ ਚੈਨਿਕ ਓਏ। ਇਹ ਵੀ ਟਾਈਟੈਨਿਕ ਹੈ, ਮੇਰਾ ਤੁਸੀਂ ਚਾਹਤਾ ਮੈਂ ਆਪਕੋ ਕਹੂੰ। ਤੇਰਾ ਜਿਸਮ ਹੈ ਕਮਰੇ ਜਾਣ ਵਾਲਾ? ਤੂੰ ਤਾਂ ਕਹਿ ਹਮ ਤੁਮ ਇੱਕ ਬਰਾਂਡੇ ਮੇ ਬੰਦ ਔਰ ਕੱਟਾ ਖੁੱਲ ਜਾਏ। ਜਿਸ ਦੇ ਪੁੱਤਰ ਕੱਟਾ ਖੁੱਲ ਗਿਆ ਤੇਰੇ ਪੁੱਤਰ ਲੱਗ ਜਾਣਾ, ਸਾਰੀ ਦੁਨੀਆਂ ਨੇ ਕਹਿਣਾ ਆਈ ਕੱਟਾ ਖੁੱਲ ਗਿਆ। ਜਾਨ ਅੱਜ ਸ਼ਬਦ ਚਰਾਣੀ ਹੈ ਤੇ ਆਪਣੀ ਜਾਨ ਨੂੰ ਫੋਰਟਰਸ ਲੈ ਕੇ ਜਾਣਾ। ਮੈਂ ਫੋਰਟਰਸ ਲੈ ਕੇ ਜਾਣਾ? ਸਾਲੇ ਇਛਰੇ ਵੜਨ ਕੋਈ ਨਹੀਂ ਦਿੰਦਾ, ਫੋਰਟਰਸ ਲੈ ਕੇ। ਵਾ ਇਛਰੇ ਸੀ ਵੜਨਾ ਨਹੀਂ, ਬਾਜ਼ਾਰ ਹੀ ਛੋਟਾ ਜਿਹਾ, ਉਹ ਕਿਰਲੀ ਲੈ ਜਾ ਤੂੰ ਉੱਥੇ। ਬੜਾ ਮਰਾਸੀ ਬੇਟੇ, ਬਾਹਰ ਖਲੋਤੀ ਗੱਡੀ ਔਰ ਲੈ ਜਾ ਰਿਕਸ਼ੇ ਦੀ ਸਵਾਰੀ। ਜਾਨ ਜੀ ਬਹੁਤ ਮਜ਼ਾ ਆਇਆ, ਜਾਨ ਨੂੰ ਮੈਂ ਇਤਨੀ ਖੁਸ਼ ਹਾਂ, ਮੈਂ ਆਪਣੀ ਤੋਂ ਖੁਸ਼ ਨਸੀਬ ਹੀ ਸਮਝਦੀ ਹਾਂ ਕਿ ਮੈਂ ਵੈਰੀ ਲੱਕੀ ਵੈਰੀ ਲੱਕੀ ਕਿ ਮੈਂ ਇਤਨੇ ਮਸ਼ਹੂਰ ਹੋਂਡੋ ਵਾਲੋ ਕੇ ਸਾਥ ਸ਼ਾਦੀ ਕਰੂੰ। ਅੱਛਾ ਇਹ ਬੇਇੱਜ਼ਤੀ ਵਾਲੀ ਗੱਲ ਹੁੰਦੀ ਹੈ? ਓ ਮਾਈ ਗੋਡ, ਪਤਾ ਲੱਗਦਾ ਪਿਆਰ ਚ ਕਿਹੜੀ ਗੱਲ ਕਰੀ ਸੀ ਤੇ ਬੇਇੱਜ਼ਤੀ ਕਰਨ ਲੱਗੀ। ਬਸ ਯਹੀ ਤਾਂ ਪਤਾ ਨਹੀਂ ਚੱਲ ਰਿਹਾ ਜਾਨ, ਮੈਨੂੰ ਇਤਨੀ ਖੁਸ਼ੀ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਦੇਖੋ ਦੇਖਦੇ ਹੀ ਤੁਮਸੇ ਪਿਆਰ ਹੋ ਗਿਆ। ਹਾਂ ਬਸ ਮੈਨੂੰ ਤਾਂ ਪਹਿਲੀ ਨਜ਼ਰ ਹੀ। ਮੈਨੂੰ ਮਾਫ ਕਰ ਦੇ, ਮੈਂ ਤੈਨੂੰ ਬਹੁਤ ਜ਼ਿਆਦਾ ਕੀਤੀ ਹੈ।
ਤੁਸੀਂ ਜ਼ਿਆਦਤੀ ਕੀਤੀ ਮੇਰੇ ਨਾਲ? ਮੈਨੂੰ ਪਤਾ ਹੀ ਨਹੀਂ ਲੱਗਾ। ਤੈਨੂੰ ਪਤਾ ਲੱਗ ਜਾਂਦਾ ਨਾ, ਤੂੰ ਜਾਨੋਂ ਮਾਰ ਦੇਣਾ ਸੀ। ਅੱਛਾ ਜੀ, ਹਾਂ ਠੀਕ ਹੈ, ਮੈਂ ਤੁਹਾਨੂੰ ਮਾਫ। ਨਿਕਾਹ 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 ਦੱਸੋ ਤੂੰ ਸਹੀ।
रहीम। निकाह शुरू करने हैं जनाब। मुंडे का नाम आफताब जी। आफताब क्यों दा ना के अपने लिखो किथे लब दे रोजी रोजी रोज फ्लावर फ्लार फ्लार रोज रोज तो रोजी रोजी प्यो दा नाम इब्राहिम इब्राहिम ए पुल ते चढ़ दे पटाके तो नहीं मारदी यार इक दा बदतमीज है यार मसला की है नो कड़े कड़े तक साले कंजर दिया बच्चे है मैं बर्दाश्त करी जा रही हूं ओ भाई नका 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 दसो ते सही अच्छा जी निकाह शुरू हो गया माशाल्लाह अच्छा जी देगा कितनियां पका 400 बंदे दा अरेंज किया जी बंदा 400 ते देगा देगा उन्हें मुताबिक ही है जी जनाब दो बिरयानी दी बाकी पानी दी दो पानी दिया बाकी दूसरिया अच्छा जी रिवर्स लाया डिग्गी ते नहीं खुलदी रस्ते जा रहे सी एक्सीडेंट होया मैनूं कहंदी भाई जी तुसीं कित्थे लै के चले हो कहंदी मेरे ना महरम हो तुसीं मेरे लई ते भाई जी कहांगी ना बेशक मैनूं भाई जी आखो लेकिन इहदे पैसे कौन देगा पर इह मैनूं तां कोई इतराज नहीं तुसीं की कर रहे हो इहदा मतलब तैनूं दुबारा झटका वजा ते याददाश्त वापस आ गई याददाश्त दा मतलब मैनूं नहीं पता मैं तुहाडी बीवी आ हां हां तूं मेरी बीवी लेकिन गल तूं नहीं सी मान रही लेकिन तुसीं इह की कर रहे हो मेरी गल सुनो मैंने ज्यादती है तुसीं मैनूं शादी करनी है तवाजन ठीक नहीं इस वास्ते मैं तेनूं बुलाया मेरा निजाम जो सारा खराब हो गया आप बच्चे जाना ना चेक कर लो ट्रांसफर लेटर किन्ने कोले वही करा की पत में सासी मेरी गल कर कोई के सुन ले तेरा भरा है नहीं नहीं तू तू मेरा भरा दे नहीं नहीं तेरा भरा है मेरा बंदा है इहदा ब्याह नहीं हो सकदा मेरी जड़ी बहन बना दे ओए ते पैसे कौन देगा या अल्लाह केड़ी मुसीबत घर च पै ली है कैसे ना नाश्ते आते केड़ा मैंने नहीं कुछ भी बना बस तुझे मेरे राजा ए बहुत बड़ी गल है आप तो
ਰੋਜ਼ੀ ਮੈਂ ਮਾਫੀ ਚਾਹਨਾ। ਮਾਫੀ ਕੋਈ ਮਾਫੀ ਨਹੀਂ ਹੈ। ਸੌਰੀ ਯਾਰ, ਗਲਤ ਕਮੀ ਹੋ ਗਈ ਕਿਸੇ ਦੇ ਨਾਲ। ਰੋਜ਼ੀ ਮੁਲਾਕਾਤ ਹੋਈ, ਪਹਿਲੀ ਵਾਰੀ ਲੜਾਈ ਝਗੜਾ ਹੋਇਆ। ਹਾਂ ਜੀ। ਜੋ ਅੱਲਾ ਨੂੰ ਮਨਜ਼ੂਰ। ਹਾਂ ਜੀ। ਐ ਫੱਦ ਵੇਖੋ, ਮੇਰੇ ਕੋਲ ਪੈਸੇ ਤਾਂ ਨਹੀਂ ਆ, ਲੇਕਿਨ ਤੁਸੀਂ ਮੈਨੂੰ ਤੇ ਪੈਸੇ ਚਾਹੀਦੇ ਵੀ ਨਹੀਂ, ਲੇਕਿਨ ਇਹ ਦੱਸੋ ਕਿ ਦਿਨੀ ਤਵਾਜ਼ੇ ਤਾਂ ਠੀਕ ਹੈ ਨਾ? ਅੱਲਾ ਦਾ ਸ਼ੁਕਰ ਹੈ ਸਭ ਕੁਝ ਠੀਕ ਹੈ। ਇੱਕ ਕਰ ਰਿਹਾ ਐ ਵੇਖ, ਉੱਥੇ ਪਾਗਲ ਦੀ ਬੱਚੀ ਨਾ ਕਈ ਸਹੀ ਹੈ, ਬਾਜ਼ਾਰ ਜਾ ਕਹਿੰਦੀ ਉਹ ਵੀ ਲਾ ਦਿਓ, ਇਹ ਵੀ ਲਾ ਦਿਓ, ਉਹ ਵੀ ਲਾ ਦਿਓ, ਬਾਅਦ ਚ ਕਹਿੰਦੀ ਮੈਨੂੰ ਵੀ ਲਾ ਦਿਓ, ਤੁਹਾਨੂੰ ਮੈਂ ਕਬੂਲ ਆ। ਹਾਂ ਜੀ, ਤੁਸੀਂ ਮੈਨੂੰ ਕਬੂਲ ਆ। ਵੇਖਿਆ ਨਾ, ਇਹ ਹੁੰਦੀਆਂ ਰਹਿਮਤਾਂ। ਮੁਬਾਰਕ ਬਾਈ, ਕੀ ਬਾਤ ਹੈ, ਇਹ ਜਗ੍ਹਾ ਬਰਕਤ ਵਾਲੀ ਹੈ, ਔਰਤ ਮਿਲ ਹੀ ਜਾਂਦੀ ਹੈ। ਵੈਰੀ ਗੁੱਡ। ਅੱਛਾ ਜੀ, ਅੱਜ ਸਾਡੀ ਸ਼ਾਦੀ ਹੈ ਤੇ ਰਾਤੀ ਸੁਹਾਗ ਰਾਤ ਹੈ। ਹਾਂ, ਤੁਸੀਂ ਰਾਈਟਰ ਡਾਇਰੈਕਟਰ ਅਗਰ ਕੋਈ ਸੀਨ ਲਿਖਿਆ ਸੁਹਾਗ ਰਾਤ ਦਾ। ਥੈਂਕ ਗੋਡ ਜਾਨੂ, ਤੇਰੀ ਯਾਦਾਸ਼ਤ ਵਾਪਸ ਆ ਗਈ। ਮੈਨੂੰ ਮਾਫ ਕਰ ਦਿਓ, ਮੈਨੂੰ ਬਿਲਕੁਲ ਕੁਝ ਨਹੀਂ ਪਤਾ ਸੀ। ਨੈਕਸਟ ਟਾਈਮ ਅਸੀਂ ਕਿਧਰੇ ਲੌਂਗ ਡਰਾਈਵ ਤੇ ਨਹੀਂ ਜਾਣਾ। ਹਾਂ, ਅਸੀਂ ਆਪਣੇ ਘਰ ਚ ਰਵਾਂਗੇ। ਠੀਕ ਹੈ, ਜਦੋਂ ਇੰਜੋਏ ਕਰਨ ਦਾ ਦਿਲ ਕਰਾਂਗੇ। ਹਾਂ, ਆਪਣੇ ਘਰ ਚ ਫੁਆਰਾ ਛੋਟਾ ਜਿਹਾ ਲਾ ਕੇ ਓਕੇ ਬਾਰਿਸ਼ ਵਾਲੇ ਗਾਣੇ ਕਰ ਲਿਆ ਕਰਾਂਗੇ, ਹੈ ਨਾ?
तेरे सीने।